ਸਵਾਗਤ ਹੈ ਜੀ ਇੱਕ ਵਾਰੀ ਫਿਰ ਜਸ ਪੰਜਾਬੀ ਦੇ ਸ਼ੋ ਫਾਇਰ ਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਇਹਨਾਂ ਦਿਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਰਾਜਨੀਤੀ ਜਿਹੜੀ ਹੈ ਜੀ ਉਹ ਬੜੇ ਉਸਲ ਵੱਟੇ ਲੈ ਰਹੀ ਹੈ। ਕਈ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਤ੍ਰਿਪੁਰਾ ਦੇ ਵਿੱਚ ਜਿਹੜੀ ਜਿੱਤ ਹਾਸਲ ਕੀਤੀ ਭਾਰਤੀ ਜਨਤਾ ਪਾਰਟੀ ਨੇ ਔਰ ਉੱਥੋਂ ਦੇ ਉਹਦੇ ਵਰਕਰ ਜਿਹੜੇ ਨੇ ਜੀ ਉਹ ਇੰਨੇ ਕੁ ਉੱਛੜ ਗਏ ਇਸ ਜਿੱਤ ਦੇ ਨਾਲ ਕਿ ਉੱਥੇ ਜਿਹੜੀ ਤੋੜ ਭੰਨ ਸੀ ਜਿਵੇਂ ਲੈਨਨ ਦਾ ਬੁੱਤ ਤੋੜ ਦਿੱਤਾ ਗਿਆ ਔਰ ਉਸ ਤੋਂ ਬਾਅਦ ਬੁੱਤ ਤੋੜੇ ਜਿਹੜੇ ਸੀਗੇ ਉਹ ਕਈ ਰਾਜਾਂ ਦੇ ਵਿੱਚ ਸਰਗਰਮ ਹੋ ਗਏ। ਇਹਨਾਂ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਹੋਰਾਂ ਦਾ ਬੁੱਤ ਵੀ ਤੋੜਿਆ ਗਿਆ, ਮਹਾਤਮਾ ਗਾਂਧੀ ਦਾ ਬੁੱਤ ਵੀ ਤੋੜਿਆ ਗਿਆ ਔਰ ਇਹ ਤੋੜ ਤੜਈਆ ਜਿਹੜਾ ਜੀ ਉਹ ਜਾਰੀ ਹੈ। ਮੁਲਕ ਕਿਸ ਪਾਸੇ ਵੱਲ ਨੂੰ ਵੱਧ ਰਿਹਾ? ਇੱਕ ਪਾਸੇ ਇੱਕ ਬੜੀ ਇੱਕ ਸਿਸਟੇਮੈਟਿਕਲੀ ਜਿਹੜੀ ਕਿਸਾਨਾਂ ਦੀ ਐਜੀਟੇਸ਼ਨ ਇਸ ਵੇਲੇ ਮੁੰਬਈ ਦੇ ਵਿੱਚ ਚਰਚਿਤ ਹੈ। ਬੇਸ਼ੱਕ ਇਹਨਾਂ ਦੋਨਾਂ ਚੀਜ਼ਾਂ ਦਾ ਕੋਈ ਮੇਲ ਨਾ ਹੋਵੇ ਪਰ ਇਹਨਾਂ ਜ਼ਰੂਰ ਹੈ ਕਿ ਭਾਰਤ ਦੇ ਵਿੱਚ ਰਾਜਨੀਤੀ ਦੇ ਪੁਆਇੰਟ ਆਫ ਵਿਊ ਤੋਂ ਜੇਕਰ ਦੇਖਿਆ ਜਾਵੇ ਤਾਂ ਇਸ ਟਾਈਪ ਦੀ ਜਿਹੜੀ ਕਿਸਾਨਾਂ ਦੀ ਇਹ ਐਜੀਟੇਸ਼ਨ ਸ਼ੁਰੂ ਹੋਈ ਹੈ ਇੰਨੀ ਉਹ ਸਿਸਟੇਮੈਟਿਕਲੀ ਪਹਿਲਾਂ ਬਹੁਤ ਘੱਟ ਜਿਹੜਾ ਜੀ ਉਹ ਦੇਖਣ ਨੂੰ ਮਿਲੀ ਹੈ। ਭਾਰਤ ਦੀ ਓਵਰਆਲ ਸਥਿਤੀ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਜਾ ਸਕਦੀ ਹੈ, ਕਿਹੜੀਆਂ ਪਾਰਟੀਆਂ ਕਿੱਥੇ ਖੜੀਆਂ ਨੇ, ਇਹਦੇ ਵਾਸਤੇ ਅੱਜ ਦੇ ਫਾਇਰ ਲਾਈਨ ਦੇ ਵਿੱਚ ਜਿਹੜੇ ਆ ਜੀ ਉਹ ਵਿਚਾਰ ਕਰਨ ਦੇ ਵਾਸਤੇ ਵਿਜੇ ਮਿਸ਼ਰਾ ਜੀ ਸਾਡੇ ਨਾਲ ਨੇ, ਜਿਹੜੀ ਕਿ CPIM ਦੀ ਜਿਹੜੀ ਨੈਸ਼ਨਲ ਬੋਡੀ ਹੈ ਉਹਦੇ ਉਹ ਅਹਿਮ ਮੈਂਬਰ ਨੇ ਪ੍ਰੋਗਰਾਮ 'ਚ। ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ। ਮੈਂ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਬਰੀਫ ਜੇ ਜਾਣਨਾ ਚਾਹੁੰਦਾ ਜੀ, ਜੇ ਇੱਥੋਂ ਤੱਕ ਕਿਉਂਕਿ ਉਸ ਬੋਡੀ ਦੇ ਵਿੱਚ ਆ ਜਾਣਾ ਕਿੱਥੋਂ ਜਿਹੜਾ ਸੀਗਾ ਜੀ ਇਹ ਸ਼ੁਰੂ ਹੋਇਆ, ਕਿਉਂਕਿ ਅਕਸਰ ਜਿਹੜੀਆਂ ਵਿਦਿਆਰਥੀ ਲਹਿਰਾਂ ਉੱਠਦੀਆਂ ਨੇ, ਕਿਉਂਕਿ ਇੱਕ ਸਮਾਂ ਸੀਗਾ ਮਿਸ਼ਰਾ ਜੀ ਤੁਸੀਂ ਜਾਣਦੇ ਹੋ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਕਿ ਜਿਹੜੀ ਲੀਡਰਸ਼ਿਪ ਸੀ ਉਹ ਸਕੂਲਾਂ ਕਾਲਜਾਂ ਤੋਂ ਅਤੇ ਯੂਨੀਵਰਸਿਟੀ 'ਚੋਂ ਪੈਦਾ ਹੁੰਦੀ ਸੀਗੀ ਪਰ ਹੌਲੀ 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 ਉਹ ਸਾਰਾ ਤਕਰੀਬਨ ਬੰਦ ਕਰਤਾ। ਅੱਜ ਵੀ ਜਿੰਨੇ ਕੁ ਲੋਕ ਬੁਲਾਰੇ ਜਾਂ ਤੁਸੀਂ ਕਹਿ ਲਓ ਆਮ ਲੋਕਾਂ ਦੀ ਜਿਹੜੀ ਨਬਜ਼ ਪਛਾਣਨ ਵਾਲੇ ਉਹਨਾਂ ਦੇ ਹੱਕਾਂ ਦੇ ਵਾਸਤੇ ਬੋਲਣ ਵਾਲੇ ਉਹ ਹੀ ਨੇ ਜਿਹੜੇ ਵਿਦਿਆਰਥੀ ਲਹਿਰ ਦੇ ਵਿੱਚੋਂ ਪੈਦਾ ਹੋਏ ਨੇ। ਤੁਹਾਡਾ ਵੀ ਇਹਦੇ ਉੱਤੇ ਕੋਈ ਅਸਰ ਰਿਹਾ? ਕਿਵੇਂ ਤੁਸੀਂ ਇੱਥੇ ਤੱਕ ਆਏ? ਦੇਖੋ ਜਿਸ ਸਮੇਂ ਅਸੀਂ ਪੜ੍ਹਦੇ ਸੀ ਜੀ ਸੰਨ 67 ਤੋਂ ਆਨਵਰਡ ਜੀ ਉਸ ਵੇਲੇ ਵਿਦਿਆਰਥੀ ਲਹਿਰ ਬੜੀ ਸਿਖਰਾਂ 'ਤੇ ਸੀ ਜੀ। ਜੇ ਅਸੀਂ ਉਸ ਵੇਲੇ ਦਾ ਲਾਈਏ ਬਹੁਤ ਸਾਰੇ ਅਹਿਮ ਫੈਸਲੇ ਕਰਾਏ। ਪਹਿਲੋਂ ਐਜੀਟੇਸ਼ਨਾਂ ਹੁੰਦੀਆਂ ਸੀ ਦਾਖਲੇ ਤੋਂ ਸ਼ੁਰੂ ਹੋ ਕੇ ਛੋਟੇ ਪੋਟੇ ਮਸਲਿਆਂ 'ਤੇ ਅਤੇ ਸਾਲ ਬੀਤ ਜਾਂਦਾ ਸੀ ਖਤਮ ਹੋ ਜਾਂਦੀਆਂ ਸੀ ਪਰ ਅਚੀਵਮੈਂਟ ਕੋਈ ਨਹੀਂ ਹੁੰਦੀ ਜੀ। ਪਹਿਲੀ ਵਾਰ ਆ ਗਿਆਨੀ ਜੈਲ ਸਿੰਘ ਦੇ ਰਾਜ ਵਿੱਚ ਅਸੀਂ ਇੱਕ ਬਹੁਤ ਜ਼ੋਰਦਾਰ ਅੰਦੋਲਨ ਕੀਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹਦਾ ਵਿਦਿਆਰਥੀਆਂ ਨੂੰ ਬਹੁਤ ਵੱਡਾ ਅੱਜ ਤੱਕ ਵੀ ਫਾਇਦਾ ਆ ਜੀ। ਉਹਦੇ ਵਿੱਚ ਮੁੱਖ ਸਵਾਲ ਇਹ ਸੀ ਫੀਸਾਂ ਠੀਕ ਹੋਣ, ਕਾਪੀਆਂ ਕਿਤਾਬਾਂ ਬਹੁਤ ਸਸਤੀਆਂ ਹੋਣ, ਬੱਚਿਆਂ ਦਾ ਕਿਉਂਕਿ ਪਿੰਡਾਂ ਤੋਂ ਲੋਕ ਆਉਂਦੇ ਆ ਦੂਰ ਦੁਰਾਡੇ ਤੋਂ ਆਉਂਦੇ ਆ ਪਾਸ ਬਣਨ, ਸਸਤੇ ਪਾਸ ਬਣਨ, ਐਸੀਆਂ ਮੰਗਾਂ 'ਤੇ ਐਜੀਟੇਸ਼ਨ ਸਾਡੇ ਸਮੇਂ 'ਤੇ ਇੱਕ ਮੁੱਖ ਤੌਰ 'ਤੇ ਹੋਈ ਜਿਹਦੇ ਕਰਕੇ ਇਹ ਮੰਗਾਂ ਮੰਨੀਆਂ ਗਈਆਂ ਅਤੇ ਗਰੀਬਾਂ ਦੇ ਬੱਚੇ ਵੀ ਪੜ੍ਹਨ ਲੱਗ ਪਏ ਘੱਟ ਫੀਸਾਂ ਕਾਰਨ, ਹੋਸਟਲ ਦੀਆਂ ਘੱਟ ਫੀਸਾਂ ਕਾਰਨ ਔਰ ਕਾਪੀਆਂ ਕਿਤਾਬਾਂ ਸਸਤੀਆਂ ਹੋਣ ਕਾਰਨ ਅਸੀਂ ਉਸ ਜਿਹੜੀਆਂ ਲਹਿਰਾਂ ਆ ਉਹਦੇ ਵਿੱਚੋਂ ਦੀ ਆਏ ਹਾਂ ਜਿਹੜੀਆਂ ਬੜੀਆਂ ਜਥੇਬੰਦ ਸੀ, ਆਰਗੇਨਾਈਜ਼ਡ ਸੀ, ਡਿਸਿਪਲਿਨਡ ਸੀ ਔਰ ਉਸ ਵੇਲੇ ਦਾ ਪੋਲੀਟੀਕਲ ਵਾਤਾਵਰਨ ਜਿਹੜਾ ਸੀ ਰਾਜਨੀਤਿਕ ਵਾਤਾਵਰਨ ਵਿਦਿਆਰਥੀਆਂ ਦੇ ਅੰਦਰ ਬੜਾ ਉਸਾਰੂ ਸੀ, ਬੜੀਆਂ ਖੁੱਲ੍ਹੀਆਂ ਬਹਿਸਾਂ ਹੁੰਦੀਆਂ ਸੀ, ਨਿੱਘੀਆਂ ਬਹਿਸਾਂ ਹੁੰਦੀਆਂ ਸੀ ਔਰ ਇੱਕ ਦੂਜੇ ਦੇ ਵਿਚਾਰਾਂ ਦੀ ਕਦਰ ਕੀਤੀ ਜਾਂਦੀ। ਉਸ ਵੇਲੇ ਦੀ ਇੱਕ ਬਹੁਤ ਵੱਡੀ ਐਜੀਟੇਸ਼ਨ ਹੋਈ ਸੀ ਮੋਗਾ ਐਜੀਟੇਸ਼ਨ ਦੇ ਨਾਂ, ਉਹ ਐਜੀਟੇਸ਼ਨ ਕਾਫੀ ਲੰਬਾ ਚੱਲੇ, ਗੋਲੀ ਚੱਲ ਗਈ ਔਰ ਗੋਲੀ ਚੱਲਣ ਤੋਂ ਬਾਅਦ ਸਰਕਾਰ ਜਿਹੜੀ ਆ ਉਹ ਦਮਨ ਦੀ ਨੀਤੀ 'ਤੇ ਚੱਲ ਪਈ, ਅਖੀਰ ਸਰਕਾਰ ਨੂੰ ਝੁਕਣਾ ਪਿਆ ਔਰ ਉਹ ਝੁਕੀ ਹੋਈ ਸਰਕਾਰ ਨੂੰ ਜਿਹੜੀ ਆ ਇਹ ਗੱਲ ਸਮਝ ਆ ਗਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜਥੇਬੰਦਕ ਐਜੀਟੇਸ਼ਨਾਂ ਹੋਣਗੀਆਂ ਉਹਨਾਂ ਨੂੰ ਵਿਦਿਆਰਥੀਆਂ ਦੇ ਲਾਭ ਮਿਲਣਗੇ। ਉਹ ਜਦੋਂ ਬੜੀ ਲਹਿਰਾਂ ਚੱਲ ਰਹੀਆਂ ਸੀ ਅਤੇ ਦੇਸ਼ ਅੰਦਰ ਮਜ਼ਦੂਰਾਂ ਦੀ ਲਹਿਰ ਵੀ ਉਹਨਾਂ ਦਿਨਾਂ 'ਚ ਬੜੀ ਤਿੱਖੀ ਹੋਈ, ਦੋ ਸੰਮੇਲ ਹੋਏ ਉਸ ਵੇਲੇ, ਇੱਕ ਤਾਂ ਮਜ਼ਦੂਰਾਂ ਦੀ ਲਹਿਰ ਵਿੱਚ ਰੇਲ ਦੀ ਹੜਤਾਲ ਬਹੁਤ ਵੱਡੀ ਹੋਈ ਔਰ ਦੇਸ਼ ਵਿਆਪੀ ਹੋਈ ਔਰ ਸਰਕਾਰ ਹਿਲ ਗਈ, ਦੂਸਰਾ ਉਸ ਸਮੇਂ ਹੀ ਗੁਜਰਾਤ ਦੇ ਵਿਦਿਆਰਥੀਆਂ ਨੇ ਸ਼ੁਰੂ ਕੀਤਾ ਅੰਦੋਲਨ ਬਿਹਾਰ ਦੇ ਵਿਦਿਆਰਥੀਆਂ ਔਰ ਉਹਦੇ ਵਿੱਚ ਹਿੰਦੁਸਤਾਨ ਦੇ ਬਹੁਤ ਹੀ ਮਾਨੇ ਲੀਡਰ ਜੈਪ੍ਰਕਾਸ਼ ਨਰਾਇਣ ਉਹਨਾਂ ਨੇ ਆ ਕੇ ਅਗਵਾਈ ਕੀਤੀ। ਨਤੀਜਾ ਇਹ ਨਿਕਲਿਆ ਕਿ ਕਾਂਗਰਸ ਪਾਰਟੀ ਉਸ ਵੇਲੇ ਜਿਹੜੀ ਸੀ ਇੰਦਰਾ ਗਾਂਧੀ ਉਹਦੇ ਅਗੇਂਸਟ ਇੱਕ ਫਤਵਾ ਆ ਗਿਆ ਇਲਾਹਾਬਾਦ ਹਾਈ ਕੋਰਟ ਦਾ, ਇੱਕ ਨਵਾਂ ਦੌਰ ਚੱਲਿਆ ਐਮਰਜੈਂਸੀ ਦਾ। ਵਿਦਿਆਰਥੀ ਲਹਿਰ ਵਿੱਚ ਇਹ ਜਿਹੜੀ ਆ ਉਸ ਵੇਲੇ ਦੀ ਵੱਡੀ ਮੂਵਮੈਂਟ ਸੀ
और उहदे विच्चों बहुत सारे लोग सड़कां ते आए और सड़कां ते आके एमरजेंसी का विरोध करके डेमोक्रेसी के हक च खड़े। असी उस दौर चो आए हाँ जिन्ह ने एमरजेंसी देखी आ, जिन्हां ने मुड़ डेमोक्रेसी की बहाली देखी आ, और अज भी मुख मुद्दा हिंदुस्तान च डेमोक्रेसी की बहाली है। ਮਿਸ਼ਰ ਜੀ ਜਿਹੜੀ ਤੁਸੀਂ ਜ਼ਿਕਰ ਕੀਤਾ ਬਹੁਤ ਚੰਗੀ ਕਿ ਐਜੀਟੇਸ਼ਨਾਂ ਜਿਹੜੀਆਂ ਉਹ ਹੁੰਦੀਆਂ ਸੀਗੀਆਂ ਉਦੋਂ ਜਿਹੜਾ ਵਿਦਿਆਰਥੀ ਵਰਗ ਸੀਗਾ ਇਹਦੋਂ ਪਹਿਲਾਂ ਕਿ ਆਪਾਂ ਉਹ ਨੈਸ਼ਨਲ ਇਸ਼ੂ ਵੱਲ ਨੂੰ ਜਾਈਏ ਜਿਹੜਾ ਮੇਨ ਹੈ ਇਸ ਵੇਲੇ ਭਖਿਆ ਹੋਇਆ ਉਦੋਂ ਜਿਹੜਾ ਵਿਦਿਆਰਥੀ ਵਰਗ ਉਹ ਬਹੁਤ ਸੁਚੇਤ ਸੀਗਾ ਹਾਲਾਂਕਿ ਅੱਜ ਦਾ ਜਿਹੜਾ ਵਿਦਿਆਰਥੀ ਵਰਗ ਹੈ ਉਹਦੇ ਨਾਲੋਂ ਜ਼ਿਆਦਾ ਸੁਚੇਤ ਆ ਉਹਦੇ ਕੋਲ ਸਾਧਨ ਨੇ ਇੰਟਰਨੈਟ ਹੈ ਫੋਨ ਹੈ ਉਦੋਂ ਤਾਂ ਕੁਛ ਵੀ ਨਹੀਂ ਸੀ ਹੁੰਦਾ ਅੱਜ ਇਹ ਐਜੀਟੇਸ਼ਨਾਂ ਜਿਹੜੀਆਂ ਸੀ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਉਹ ਉਦੋਂ ਕਿਤੇ ਬੱਸਾਂ ਦੇ ਵਿੱਚ ਕੋਈ ਦਵਾਨੀ ਚਵਾਨੀ ਵੱਧ ਜਾਂਦੀ ਤੇ ਫੜ ਕੇ ਭੀੜਾਂ ਜਿਹੜੀਆਂ ਜੀ ਆ ਜਾਂਦੀਆਂ ਸੀ ਸੜਕਾਂ ਦੇ ਉੱਤੇ ਜਾਮ ਲੱਗ ਜਾਂਦੇ ਸੀਗੇ ਅੱਜ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ ਕਿੱਥੋਂ ਲੈ ਕੇ ਕਿੱਥੇ ਚਲੇ ਗਈਆਂ ਗੈਸ ਦੀਆਂ ਕੀਮਤਾਂ ਕਿੱਥੇ ਚਲੇ ਗਈਆਂ ਕਿਰਾਏ ਭਾੜੇ ਦੇ ਵਿੱਚ ਵਾਧਾ ਜਾਂ ਲੋਕਾਂ ਦੇ ਉੱਤੇ ਜਿਹੜਾ ਬੋਝ ਆ ਆਮ ਬੰਦਾ ਜਿਹੜਾ ਜੀ ਉਹ ਪਿਸ ਗਿਆ ਬਹੁਤ ਬੁਰੇ ਤਰੀਕੇ ਨਾਲ ਪਰ ਕਿਸੇ ਜਗ੍ਹਾ ਦੇ ਉੱਤੋਂ ਕੋਈ ਐਜੀਟੇਸ਼ਨ ਵਾਲੀ ਗੱਲ ਦਿਸਦੀ ਨਹੀਂ ਕੀ ਹੋ ਗਿਆ ਹੈ ਉਹਦੇ ਕਾਰਨ ਕਈ ਆ ਜੀ ਪਹਿਲਾ ਕਾਰਨ ਵੱਡਾ ਕੀ ਆ ਕਿ ਹਿੰਦੁਸਤਾਨ ਦੇ ਅੰਦਰ ਜਿਹੜਾ ਪਹਿਲਾ ਸਟਰਕਚਰ ਸੀ ਉਹ ਇੱਕ ਵੈਲਫੇਅਰ ਸਟੇਟ ਦਾ ਕਨਸੈਪਟ ਸੀ ਜੀ ਉਹ ਵੈਲਫੇਅਰ ਸਟੇਟ ਦਾ ਜਿਹੜਾ ਕਨਸੈਪਟ ਸੀਗਾ ਉਹਦੇ ਵਿੱਚ ਕਾਫੀ ਐਕਸਪੈਂਸ਼ਨ ਹੋਈ ਜੀ ਪਿੰਡ ਪਿੰਡ ਪੱਧਰ 'ਤੇ ਸਕੂਲ ਖੁੱਲ੍ਹੇ ਹੈਲਥ ਸਰਵਿਸ ਹੋਈਆਂ ਬੱਸਾਂ ਲੱਗੀਆਂ ਇਸ ਤਰ੍ਹਾਂ ਦੇ ਕਾਫੀ ਵਿਕਾਸ ਹੋਇਆ ਉਸ ਵੇਲੇ ਉਸ ਤਰ੍ਹਾਂ ਦਾ ਜਿਹਦੇ ਵਿੱਚ ਲੋਕ ਭਲਾਈ ਦਾ ਜਿਹੜੇ ਲੋਕਾਂ ਦੇ ਪ੍ਰਤੀਨਿਧ ਸੀ ਉਹ ਲੋਕਾਂ ਦੇ ਪ੍ਰੈਸ਼ਰ ਹੇਠਾਂ ਸੀ ਉਸ ਕਰਕੇ ਉਸ ਪਾਸੇ ਨੂੰ ਜਾਂਦੇ ਸੀ ਅਤੇ ਲੋਕ ਆਪਣੇ ਕੰਮ ਕਰਵਾਉਂਦੇ ਸੀ ਅਤੇ ਲੋਕਾਂ ਦੇ ਅੰਦਰ ਚੇਤਨਤਾ ਸੀ ਜੀ ਫਿਰ ਇੱਕ ਨਵਾਂ ਦੌਰ ਚੱਲਿਆ ਜਿਹੜਾ ਸਮਝਣਾ ਅੱਜ ਤਾਂ ਬੜਾ ਜ਼ਰੂਰੀ ਆ ਕਿ ਜਿਹੜਾ ਵੈਲਫੇਅਰ ਸਟੇਟ ਦਾ ਕਨਸੈਪਟ ਆ ਉਹਦੇ ਵਿੱਚੋਂ ਬਦਲ ਕੇ ਵਰਲਡ ਵਾਈਡ ਇੱਕ ਫਨੋਮਨਾ ਆਇਆ ਜਿਹਨੂੰ ਆਪਾਂ ਗਲੋਬਲਾਈਜੇਸ਼ਨ ਦਾ ਦੌਰ ਕਹਿੰਦੇ ਠੀਕ ਗਲੋਬਲਾਈਜੇਸ਼ਨ ਦਾ ਦੌਰ ਦਾ ਅਤੇ ਉਹਦਾ ਕੀ ਅੰਤਰ ਆ ਇਹ ਕਹਿੰਦੇ ਆ ਗਲੋਬਲਾਈਜੇਸ਼ਨ ਦਾ ਮਤਲਬ ਇਹ ਆ ਲੋਕਾਂ ਨੂੰ ਡੀਪੋਲੀਟੀਕਲਾਈਜ਼ ਕਰੋ ਤੁਸੀਂ ਰਾਜਨੀਤੀ ਤਾਂ ਕਰੋ ਪਰ ਉਹ ਚੰਦ ਬੰਦਿਆਂ ਦੇ ਹੱਥ 'ਚ ਆ ਉਸ ਵੇਲੇ ਰਾਜਨੀਤੀ ਉਹਨਾਂ ਲੋਕਾਂ ਤੋਂ ਸੀ ਜਿਹੜੇ ਬੰਦੇ ਦੇਸ਼ ਦੀ ਆਜ਼ਾਦੀ ਵਿੱਚੋਂ ਆਏ ਸੀ ਜਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਏ ਸੀ ਹੁਣ ਕਾਰਪੋਰੇਟ ਅਦਾਰੇ ਆ ਗਏ ਕਾਰਪੋਰੇਟ ਅਦਾਰੇ ਸਿੱਧੇ ਤੌਰ 'ਤੇ ਆ ਗਏ ਇੱਕ ਚੇਂਜ ਹੋ ਗਈ ਉਹ ਮਿਸ਼ਰ ਮੈਂ ਤੁਹਾਡੀ ਗੱਲ ਟੋਕ ਰਿਹਾ ਉਹ ਅਖਬਾਰਾਂ ਤੇ ਕਾਬਜ਼ ਹੋ ਗਏ ਉਹ ਚੈਨਲਾਂ ਤੇ ਕਾਬਜ਼ ਹੋ ਗਏ ਤੇ ਉਹ ਕਿਉਂਕਿ ਜਿਹੜੀਆਂ ਅਖਬਾਰਾਂ ਨੇ ਜਾਂ ਚੈਨਲ ਨੇ ਉਹ ਤਾਂ ਐਡਾਂ ਜਿਹੜੀਆਂ ਦਿੰਦੀਆਂ ਨੇ ਉਹ ਮੋਟਰਸਾਈਕਲ ਜਾਂ ਕਾਰਾਂ ਦੀਆਂ ਜਾਂ ਫਰਿੱਜਾਂ ਦੀਆਂ ਉਹੀ ਦਿੰਦੀਆਂ ਨੇ ਜਿਹੜੇ ਜਿਹਦੇ ਆਮ ਬੰਦੇ ਤੋਂ ਪਹੁੰਚ ਤੋਂ ਦੂਰ ਹੈ ਜੀ ਮੈਂ ਉਸ ਨੂੰ ਹੋਰ ਥੋੜ੍ਹਾ ਜਿਹਾ ਅਲੈਬੋਰੇਟ ਕਰਨਾ ਚਾਹਾਂਗਾ ਕਿ ਡੀਪੋਲੀਟੀਕਲਾਈਜ਼ ਕਰ ਦਿੱਤਾ ਐਜੂਕੇਸ਼ਨ ਤਾਂ ਦਿੱਤੀ ਪਰ ਡੀ ਐਜੂਕੇਟ ਕਰ ਦਿੱਤਾ ਠੀਕ ਕਿਵੇਂ ਤੁਸੀਂ ਕਹੋਗੇ ਬੜਾ ਸਵਾਲ ਆ ਵੀ ਡੀ ਐਜੂਕੇਟ ਕਿੱਦਾਂ ਹੋ ਗਿਆ ਡਿਗਰੀ ਤਾਂ ਉਹਦੇ ਕੋਲ ਪਈ ਆ ਬੜਾ ਥੱਬਾ ਚੁੱਕੀ ਫਿਰਦਾ ਉਹਦੇ ਦਿਮਾਗ 'ਚ ਇੱਕ ਕਨਸੈਪਟ ਭਰ ਦਿੱਤਾ ਵੀ ਆਹ ਜਿਹੜੀ ਤੇਰੀ ਐਜੂਕੇਸ਼ਨ ਆ ਨਾ ਇਹੀ ਐਜੂਕੇਸ਼ਨ ਆ ਹੋਰ ਕੋਈ ਸੁਸਾਇਟੀ ਦੀ ਐਜੂਕੇਸ਼ਨ ਨਹੀਂ ਠੀਕ ਇਸ ਨੇ ਬੰਦੇ ਦੇ ਅੰਦਰ ਵਿਅਕਤੀਵਾਦ ਪੈਦਾ ਕੀਤਾ ਵੀ ਤੁਰਿਆ ਜਾ ਖੱਬੇ ਸੱਜੇ ਨਾ ਦੇਖੀ ਆਪਣੇ ਕੰਮ ਨਾਲ ਮਤਲਬ ਰੱਖੀ ਬੰਦਾ ਲਾਗੇ ਮਰਿਆ ਪਿਆ ਚੁੱਕੀ ਨਾ ਚੁੱਕੀ ਨਾ ਇਹ ਸੁਸਾਇਟੀ ਨੂੰ ਡੀ ਐਜੂਕੇਟ ਕਰਤਾ ਸੁਸਾਇਟੀ ਹੀ ਬਦਲ ਦਿੱਤੀ ਇਹ ਜਿਹੜਾ ਆ ਇਹਨਾਂ ਪਾਲਸੀਆਂ ਨੇ ਚੱਲਦੇ ਹੋਏ ਦੇਸ਼ ਅੰਦਰ ਇੱਕ ਐਸਾ ਵਾਤਾਵਰਨ ਪੈਦਾ ਕਰ ਦਿੱਤਾ ਇੱਕ ਨਵੇਂ ਦੌਰ 'ਚ ਆਪਾਂ ਲੰਘ ਰਹੇ ਹਾਂ ਪੈਸੇ ਦੇ ਕੇ ਤੁਸੀਂ ਦਾਖਲ ਹੋਣਾ ਡਾਕਟਰ ਨਹੀਂ ਬਣਦਾ ਸੀ ਪੈਸਿਆਂ ਨਾਲ ਡਾਕਟਰ ਬਣਦਾ ਸੀ ਕੁਆਲੀਫਿਕੇਸ਼ਨ ਨਾਲ ਅੱਜ ਡਾਕਟਰ ਬਣਦਾ ਆ ਸੀਟ ਮੁੱਲ ਲੈ ਕੇ ਇੰਜੀਨੀਅਰ ਬਣਦਾ ਸੀਟ ਮੁੱਲ ਲੈ ਕੇ ਤੇ ਫਿਰ ਉਹ ਕਰਪਸ਼ਨ ਕਰੂਗਾ ਉਹ ਵਪਾਰੀਕਰਨ ਕਰ ਦਿੱਤਾ ਐਜੂਕੇਸ਼ਨ ਦਾ ਵਪਾਰੀਕਰਨ ਨਹੀਂ ਹੋ ਸਕਦਾ ਡਾਕਟਰ ਦਾ ਵਪਾਰੀਕਰਨ ਨਹੀਂ ਹੋ ਸਕਦਾ ਜੇ ਤੁਸੀਂ ਡਾਕਟਰ ਬਣਾਓਗੇ ਇੰਜੀਨੀਅਰ ਬਣਾਓਗੇ ਪੈਸੇ ਲੈ ਕੇ ਤਾਂ ਫਿਰ ਕੰਮ ਵੀ ਉਸੇ ਤਰ੍ਹਾਂ ਦਾ ਹੀ ਹੋਣਾ ਡਾਕਟਰ ਫਿਰ ਇਲਾਜ ਤਾਂ ਨਹੀਂ ਕਰੇਗਾ ਬੰਦਾ ਮਾਰੇਗਾ ਜਾਂ ਪੈਸੇ ਇਕੱਠੇ ਕਰੇਗਾ ਇਸ ਕਰਕੇ ਸੁਸਾਇਟੀ ਦਾ ਬੇਸਿਕ ਕਨਸੈਪਟ ਬਦਲ ਗਿਆ ਅਤੇ ਉਹਦੇ ਵਿੱਚੋਂ ਦੀ ਹੋਇਆ ਕੀ ਹੋਇਆ ਆ ਵੀ ਦੇਸ਼ ਦਾ ਪੈਸਾ ਚੰਦ ਲੋਕਾਂ ਦੇ ਹੱਥਾਂ 'ਚ ਇਕੱਠਾ ਬਿਲਕੁਲ ਇੰਨੀ ਤੇਜ਼ੀ ਨਾਲ ਇਕੱਠਾ ਹੋਇਆ ਵੀ ਜਿਹਦੇ ਨਾਲ ਆਮ ਜਨਤਾ ਦਾ ਅਤੇ ਗਰੀਬ ਅਤੇ ਅਮੀਰ ਦਾ ਪਾੜਾ ਤਾਂ ਪਹਿਲਾਂ ਵੀ ਸੀ ਪਰ ਹੁਣ ਇੰਨਾ ਵੱਡਾ ਵੱਧ ਗਿਆ ਕਿ ਗੈਪ ਹਰ ਰੋਜ਼ ਵੱਧਦਾ ਪਿਆ ਲੇਟੈਸਟ ਪੋਜੀਸ਼ਨ ਇਹ ਆ ਕਿ ਹਿੰਦੁਸਤਾਨ ਦੇ ਅੰਦਰ ਜਿਹੜੀ GDP ਦੀ ਆਪਾਂ ਗੱਲ ਕਰਦੇ ਹਾਂ ਪੈਦਾਵਾਰ ਵਾਧਾ ਦਰ ਹੋ ਰਹੀ ਹੈ ਉਸ ਦਾ ਲਾਭ ਆਮ ਜਨਤਾ ਨੂੰ ਨਹੀਂ ਜਾ ਰਿਹਾ 100 ਰੁਪਈਆ GDP ਵਧੇ 76 ਰੁਪਈਏ ਹਿੰਦੁਸਤਾਨ ਦੇ 1% ਲੋਕਾਂ ਕੋਲ ਗਏ ਮੋਦੀ ਦੇ ਰਾਜ 'ਚ ਬਿਲਕੁਲ 1%
50 crore ਲੋਕਾਂ ਕੋ ਗਿਆ, ਬਾਕੀ ਦਾ 23% ਮਿਡਲ ਕਲਾਸ ਕੋ ਆਇਆ। ਜਿਹੜੀ ਇਸ ਵੇਲੇ ਅਟੈਕ ਆ ਉਹ ਜਿਹੜਾ 23% ਮਿਡਲ ਕਲਾਸ ਕੋ ਜਾ ਰਿਹਾ, ਕਾਰਪੋਰੇਟ ਘਰਾਣੇ ਕਹਿੰਦੇ ਉਹ ਵੀ ਖੋਣਾ ਹੈ, ਇੱਕ ਵਾਲੇ ਕੋ ਤਾਂ ਕਿੰਨਾ ਕੁ ਖੋ ਲੈਣਾ ਹੈ। ਇੱਕ ਬੇਸਿਕ ਸਵਾਲ ਆ ਵੀ ਗਰੀਬ ਤੇ ਅਮੀਰ ਦੇ ਪੜਦਾ, ਇਸ ਕਰਕੇ ਜਿਹੜਾ ਆ ਸੁਸਾਇਟੀ ਨੂੰ ਡੀਐਜੂਕੇਟ ਕਰ ਰਹੇ ਆ, ਉਲਝਾ ਕੇ ਰੱਖ ਰਹੇ ਆ। ਕਾਨੂੰਨ ਐਸਾ ਕੋਈ ਨਹੀਂ, ਸਟੇਬਿਲਿਟੀ ਕੋਈ ਨਹੀਂ। ਅੱਗੇ ਬੰਦਾ ਕਹਿੰਦਾ ਨੌਕਰੀ ਮਿਲ ਗਈ ਆ ਤੇ ਮੈਂ ਰਿਟਾਇਰ ਹੋਊਂਗਾ, ਹੁਣ ਕਹਿੰਦਾ ਨੌਕਰੀ ਮਿਲੀ ਆ ਪਤਾ ਨਹੀਂ ਸਵੇਰੇ ਬਾਹਰ ਕਦੋਂ ਆ, ਹਾਇਰ ਐਂਡ ਫਾਇਰ ਤੇ ਚਲ ਗਈ ਆ। ਇਸ ਕਰਕੇ ਜਦੋਂ ਸਟੇਬਿਲਿਟੀ ਨਹੀਂ, ਇਸ ਕਰਕੇ ਬੇਚੈਨੀ ਬਣੀ ਆ। ਬੇਚੈਨੀ ਨੂੰ ਸਹੀ ਰਸਤੇ ਜਾਣ ਦਾ ਸਵਾਲ ਆ। ਅੱਜ ਕੀ ਹੋ ਰਿਹਾ ਆ ਕਿ ਹਾਕਮ ਜਮਾਤਾਂ ਜਿਹੜੀਆਂ ਉਹਨਾਂ ਦੀਆਂ ਪਾਰਟੀਆਂ ਆ ਇੰਨੇ ਵੱਡੇ ਇਲੈਕਸ਼ਨ 'ਚ ਲਾਰੇ ਲਾਉਂਦੀਆਂ ਆ ਜਿਹੜੇ ਉਹਨਾਂ ਨੂੰ ਖੁਦ ਪਤਾ ਪੂਰੇ ਨਹੀਂ ਕਰ ਸਕਦੇ ਹਾਂ। ਇਸ ਕਰਕੇ ਭਰ ਕੇ ਇੱਕ ਵਾਰੀ ਤਾਂ ਚਲੋ ਗੱਦੀ 'ਤੇ ਹੱਥ ਆਉਣ ਦਿਓ, ਫਿਰ ਦੇਖਾਂਗੇ। ਜਦੋਂ ਤੁਸੀਂ ਲਾਰੇ ਲਾਓਗੇ, ਮਿਸਾਲ ਦੇ ਤੌਰ 'ਤੇ 3-4 ਵੱਡੇ ਲਾਰੇ ਲੱਗੇ ਆਲ ਇੰਡੀਆ 'ਚ, ਜਦੋਂ ਵਾਜਪਾਈ ਸੀ ਉਹ 1 crore ਲੋਕਾਂ ਨੂੰ ਕਹਿੰਦਾ ਰੁਜ਼ਗਾਰ ਦੇਵਾਂਗਾ, ਮੋਦੀ ਨੇ 2 crore ਪਹਿਲਾਂ 5-7-10 ਸਾਲ ਚੁੱਪ ਰਹੇ, ਫਿਰ 2 crore ਦਾ ਨਾਰਾ ਦੇ ਦਿੱਤਾ। ਉੱਦਣ ਵੀ ਉਹਨਾਂ ਨੂੰ ਪਤਾ ਸੀ, ਅੱਜ ਵੀ ਪਤਾ ਆ ਵੀ ਹਿੰਦੁਸਤਾਨ 'ਚ 1 ਸਾਲ 'ਚ 2 crore ਨੌਜਵਾਨ ਪੋਸੀਬਲ, ਉਲਟਾ ਖੋਇਆ ਜਾ ਰਿਹਾ। ਨਾਰਾ ਦੇ ਦਿੱਤਾ 15 lakh ਤੁਹਾਡੇ, ਸਾਡੇ ਦੇਸ਼ ਦੀ ਗਰੀਬ ਜਨਤਾ ਆ। ਸੱਚਮੁੱਚ ਮੈਂ ਦੱਸਾਂ ਵੀ ਅਸੀਂ ਉਹਨਾਂ ਦਿਨਾਂ 'ਚ ਜਦੋਂ ਲੋਕਾਂ ਨੂੰ ਸਮਝਾ ਰਹੇ ਸੀ ਤੇ ਲੋਕ ਉਂਗਲਾਂ 'ਤੇ ਗਹਿੰਦੇ ਸੀ ਸਾਡੇ ਘਰ ਦੇ 5G ਆ, 75 lakh ਦੇ ਆ, ਚਲੋ 75 ਨਹੀਂ ਆਊਗਾ 70 ਆ ਜਾਊਗਾ, ਕੋਈ ਕਰਪਸ਼ਨ ਹੋ ਜਾਊਗੀ, ਜਿਹਨਾਂ ਦੇ 7 ਸੀ ਉਹ ਕਹਿੰਦੇ ਕਰੋੜਪਤੀ ਹੋ ਜਾਣਗੇ। ਲੋਕਾਂ ਨੂੰ ਬਹੁਤ ਲਾਰੇ ਵੱਡੇ ਦਿੱਤੇ ਅਤੇ ਦਿੱਤਾ ਕੁਛ ਨਹੀਂ। ਇੱਕ ਬੁਨਿਆਦੀ ਸਵਾਲ ਆ ਕਿ ਡੈਮੋਕ੍ਰੇਸੀ ਦੇ ਅੰਦਰ ਜਦੋਂ ਤੁਸੀਂ ਦੇਣ ਜੋਗੇ ਨਹੀਂ ਹੋਗੇ, ਸੱਚ ਨਹੀਂ ਬੋਲ ਰਹੇ, ਰਿਐਲਿਟੀ ਨਹੀਂ ਦੇ ਰਹੇ, ਅਤੇ ਜਦੋਂ ਰਿਐਲਿਟੀ ਤੋਂ ਦੂਰ ਹੋ ਗਏ ਅਤੇ ਲੋਕ ਜਿਹੜੇ ਆ ਉਹ ਵਾਰ ਵਾਰ ਗੁੰਮਰਾਹ ਹੋ ਕੇ ਖੱਬੇ ਸੱਜੇ। ਬਿਲਕੁਲ ਅੱਛਾ ਜੀ, ਇੱਥੋਂ ਹੀ ਆਪਾਂ ਗੱਲਬਾਤ ਜਿਹੜੀ ਉਹ ਸ਼ੁਰੂ ਕਰਾਂਗੇ। ਉਹ ਵਿਅਕਤੀ ਹਾਇਰ ਕੀਤੇ ਜਾਂਦੇ ਜਿਹੜੇ ਕਹਿੰਦੇ ਕਿ 500 crore ਰੁਪਈਆ ਲੈਂਦੇ ਆ ਚੋਣ ਮੈਨੇਜ ਕਰਨ ਦਾ। ਜਦੋਂ ਮੈਨੇਜ ਹੋਣੀਆਂ ਸ਼ੁਰੂ ਹੋ ਗਈਆਂ ਫਿਰ ਉਹ ਡਰੀਮ ਸੈਲਰ ਜਿਹੜੇ ਜੀ ਉਹ ਆ ਗਏ, ਘਰ ਘਰ ਨੌਕਰੀ, ਮੋਬਾਈਲ ਫੋਨ ਅਤੇ ਦੂਜੇ ਤੀਜੇ ਵੀ, ਜਿਵੇਂ ਮਿਸ਼ਾ ਜੀ ਨੇ ਕਿਹਾ ਕਿ ਇੱਕ ਵਾਰੀ ਕਾਬਜ਼ ਹੋ ਜਾਓ, ਉਦੋਂ ਬਾਅਦ ਜਿਹੜਾ ਜੀ ਉਹ ਦੇਖਾਂਗੇ। ਅਸੀਂ ਆਵਾਂਗੇ ਜੀ ਉੱਥੇ ਬੁੱਤ ਵਾਲੀ ਗੱਲ ਦੇ ਉੱਤੇ, ਜਿਹੜਾ ਇੱਕ ਤ੍ਰਿਪੁਰਾ ਤੋਂ ਜਿਹੜਾ ਜੀ ਉਹ ਸਟਾਰਟ ਹੋਇਆ, ਇਹ ਕਿਸ ਪਾਸੇ ਵੱਲ ਨੂੰ ਮੁਲਕ ਨੂੰ ਜਿਹੜਾ ਜੀ ਉਹ ਲੈ ਜਾਊਗਾ। ਵਿਜੇ ਮਿਸ਼ਰਾ ਜੀ ਨੇ ਸਾਡੇ ਨਾਲ, CPIM ਤੋਂ ਨੇ ਇਹ, ਔਰ ਜਿਹੜੀ ਇਹਨਾਂ ਦੀ ਨੈਸ਼ਨਲ ਬਾਡੀ ਹੈ ਜੀ ਉਹਦੇ ਇਹ ਅਹਿਮ ਮੈਂਬਰ ਨੇ। ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ। ਫਾਇਰ ਲਾਈਨ ਦੇ ਵਿੱਚ ਵਿਜੇ ਮਿਸ਼ਰਾ ਜੀ ਅੱਜ ਮੌਜੂਦ ਨੇ, CPIM ਤੋਂ ਨੇ ਉਹ, ਔਰ ਜੋ ਰਾਜਨੀਤੀ ਪਿਛਲੇ ਦਿਨਾਂ ਦੇ ਵਿੱਚ ਇੱਕ ਅਜੀਬ ਕਿਸਮ ਦੀ ਵੇਖਣ ਨੂੰ ਜਿਹੜਾ ਜੀ ਉਹ ਮਿਲੀ, ਤ੍ਰਿਪੁਰਾ ਦੇ ਵਿੱਚ ਜਿਹੜੀ ਚੋਣ ਹੋਈ, ਔਰ ਉਦੋਂ ਬਾਅਦ ਸਰਕਾਰ ਅਜੇ ਬਣੀ ਨਹੀਂ ਸੀ, ਉਦੋਂ ਪਹਿਲਾਂ ਜਿਹੜੇ ਤੁਸੀਂ ਕਹਿ ਦਿਓ ਕਿ ਲੋੜੋਂ ਵੱਧ ਜਿਹੜੇ ਸ਼ਾਇਦ ਖੁਸ਼ ਹੋ ਗਏ ਜਾਂ ਆਫਰ ਗਏ ਜਾਂ ਭੂਤਰ ਗਏ, ਜਿਨ੍ਹਾਂ ਨੇ ਲੈਨਿਨ ਦਾ ਜਿਹੜਾ ਬੁੱਤ ਸੀਗਾ ਜੀ ਉਹ ਤੋੜਿਆ, ਔਰ ਉਸ ਤੋਂ ਬਾਅਦ ਇਹ ਬੁੱਤ ਤੋੜਨ ਦਾ ਸਿਲਸਿਲਾ ਜਿਹੜਾ ਸੀਗਾ ਉਹ ਕਈ ਰਾਜਾਂ ਦੇ ਵਿੱਚ ਜਿਹੜਾ ਜੀ ਉਹ ਫੈਲਿਆ। ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਤੋਂ ਮਿਸ਼ਰਾ ਜੀ ਕਿ ਕੀ ਇਹ ਸਮਝਿਆ ਜਾਵੇ ਕਿ ਇਹ ਜਿਹੜੇ ਖੱਬੇ ਸੱਜੇ ਨੇ ਉਹਨਾਂ ਦੇ ਤਕਰੀਬਨ ਸਮਾਪਤੀ ਹੋ ਰਹੀ ਹੈ ਮੁਲਕ ਦੇ ਵਿੱਚੋਂ, ਇੱਕ ਤੋਂ ਬਾਅਦ ਇੱਕ ਰਾਜ? ਦੇਖੋ ਪਹਿਲੀ ਗੱਲ ਇਹ ਸਵਾਲ ਬਹੁਤ ਪਾਸਿਓਂ ਆਉਂਦਾ ਆ, ਅੱਜ ਕੱਲ੍ਹ ਖਾਸ ਤੌਰ 'ਤੇ ਆਉਂਦਾ ਨਹੀਂ, ਲਗਾਤਾਰ ਆ ਜੀ ਸੋਵੀਅਟ ਯੂਨੀਅਨ ਤੋਂ ਬਾਅਦ ਇਹ ਲਗਾਤਾਰ ਸਵਾਲ ਆ। ਜਿੱਥੇ ਤੇ ਪ੍ਰਾਪਤੀ ਹੁੰਦੀ ਆ ਉੱਥੇ ਚਰਚਾ ਨਹੀਂ ਹੁੰਦੀ, ਚਰਚਾ ਨਹੀਂ। ਨੇਪਾਲ ਦੀ ਬੜੀ ਵੱਡੀ ਪ੍ਰਾਪਤੀ ਹੋਈ ਹੈ, 2/3 ਬਹੁਮਤ ਲਿਆ ਕਮਿਊਨਿਸਟਾਂ ਨੇ, ਉਹਦੀ ਕੋਈ ਚਰਚਾ ਨਹੀਂ ਕਰਦਾ। ਔਰ ਉਹ ਜਿਹਨੂੰ ਹਿੰਦੂ ਰਾਸ਼ਟਰ ਕਹਿੰਦੇ ਆ ਉਹਨਾਂ ਨੇ ਧਰਮ ਨਿਰਪੱਖਤਾ ਅਪਣਾਈ ਕਮਿਊਨਿਸਟਾਂ ਕਰ, ਜਨਤਾ ਨੇ ਅਪਣਾਈ। ਇਸ ਕਰਕੇ ਜਿਹੜਾ ਪੋਜ਼ਿਟਿਵ ਪੱਖ ਉਹ ਦੱਸਿਆ ਨਹੀਂ ਜਾਂਦਾ, ਕਮਜ਼ੋਰੀ ਸਾਡੀ ਜ਼ਰੂਰ ਦੱਸੀ ਜਾਂਦੀ ਹੈ, ਅਸੀਂ ਵੀ ਆਪਣੀ ਕਮਜ਼ੋਰੀ ਤੋਂ ਸਿੱਖਣ ਦਾ ਯਤਨ ਕਰਦੇ ਹਾਂ। ਇਸ ਕਰਕੇ ਜਿਹੜਾ ਆ ਇੱਕ ਬੜਾ ਵੱਡਾ ਸਟਰਗਲ ਆ। ਇੱਕ ਗੱਲ ਹੈਗੀ ਆ ਜੀ, ਤੁਸੀਂ ਸੁਣਦੇ ਹੋ, ਬਹੁਤੇ ਸੁਣਦੇ ਨਹੀਂ ਗੇ ਮਿਸ਼ਾ ਜੀ, ਮਤਲਬ ਕਿ ਜਿਹੜਾ ਕਿਹਾ ਜਾਵੇ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਤੋਂ ਜਿਹੜੀ ਸਪੋਰਟ ਵਾਪਸ ਲੈਣੀ, ਕਿ ਪਾਰਟੀ ਸਮਝਦੀ ਹੈ ਕਿ ਉਹ ਗਲਤੀ ਸੀ, ਉਹਦੇ ਵਿੱਚੋਂ ਫਿਰ BJP ਦਾ ਆਭਾਰ ਹੋਇਆ? ਨਹੀਂ, ਉਹਨਾਂ ਦੀ ਸਪੋਰਟ ਲੈਣ ਤੋਂ BJP ਦਾ ਆਭਾਰ ਨਹੀਂ ਹੋਇਆ, ਉਹਨਾਂ ਦੀਆਂ ਰੋਂਗ ਪਾਲਿਸੀਆਂ 'ਚੋਂ BJP ਦਾ ਆਭਾਰ ਹੋਇਆ। ਇਹ ਸਮਝਣ ਦੀ ਗੱਲ ਆ। ਅੱਜ ਵੀ ਜਦੋਂ ਤ੍ਰਿਪੁਰਾ ਦੀ ਤੁਸੀਂ ਗੱਲ ਕਰਦੇ ਹਾਂ ਤਾਂ ਬੇਸ ਕਿਹਦਾ ਸ਼ਿਫਟ ਕੀਤਾ? ਬੇਸ ਤਾਂ ਕਾਂਗਰਸ ਦਾ ਸ਼ਿਫਟ ਕੀਤਾ। CPIM ਦੀ ਤਾਂ ਵੋਟ ਖੜੀ ਆ,
ਲੜੇ ਵੀ ਆ 45% ਕੁੱਲ ਕੁੱਲ ਮਿਲਾ ਕੇ ਉਹਨਾਂ ਲੋਕਾਂ ਦੀ ਉਸ ਹਾਲਤਾਂ 'ਚ ਵੋਟ ਲੈਣਾ ਇਹ ਕੋਈ ਛੋਟੀ ਗੱਲ ਨਹੀਂ। ਸਾਡੇ ਕੋਲ ਸਭ ਤੋਂ ਵਧੀਆ ਹਿੰਦੁਸਤਾਨ ਦਾ ਮੁੱਖ ਮੰਤਰੀ ਮੰਤਰੀ ਹੈਗੇ ਜਿਹਨਾਂ ਦੇ ਦੂਜਿਆਂ ਦੀਆਂ ਦੇਖ ਲਓ, ਸਾਡੇ ਦੂਜੇ ਮੁੱਖ ਮੰਤਰੀ ਜੋਤੀ ਬਾਸੂ ਦੀ ਜਾਇਦਾਦ ਦੇਖ ਲਓ, ਜਾ ਕੇ ਨੋਟ ਕਰ ਲਓ, ਅਸ਼ੂਤਾਨੰਦਨ ਦੀ ਨੋਟ ਕਰ ਲਓ, ਕੇਰਲ ਵਾਲੇ ਦੀ, ਕਿਸੇ ਦੀ ਕਰ ਲਓ, ਤੁਸੀਂ ਮਨੋਬਦਰੀ ਪਾਲ ਨੇ ਦਿੱਤਾ ਹੀ ਬਹੁਤ ਕੁਛ, ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹਿੰਦੁਸਤਾਨ ਦਾ ਸਭ ਤੋਂ ਅਮੀਰ ਆਦਮੀਆਂ 'ਚੋਂ ਇੱਕ ਸੀਗਾ। ਇਸ ਕਰਕੇ ਸਵਾਲ ਜਿਹੜਾ ਅੱਜ ਬੇਸਿਕ ਸਮਝਣ ਦੀ ਗੱਲ ਆ, ਤ੍ਰਿਪੁਰਾ ਦੀਆਂ ਚੋਣਾਂ ਕੀ ਆ? ਇਹ ਪਹਿਲੀ ਵਾਰ ਹੋਇਆ ਜਿੱਥੇ ਕਮਿਊਨਿਸਟ ਹਾਰੇ ਆ ਅਤੇ BJP RSS ਜਿੱਤੀ ਆ। ਹਿੰਦੁਸਤਾਨ ਦੇ 70 ਸਾਲਾਂ ਦੇ ਇਤਿਹਾਸ ਵਿੱਚ ਕੋਈ ਐਸੀ ਘਟਨਾ ਨਹੀਂ ਜਿੱਥੇ ਕਮਿਊਨਿਸਟ ਹਾਰੇ ਹੋਣ ਅਤੇ BJP ਜਿੱਤੀ ਹੋਵੇ। ਕੋਈ ਸੋਚ ਨਹੀਂ ਸੀ ਸਕਦਾ ਅੱਜ ਤੋਂ ਕੁਛ ਸਾਲ ਪਹਿਲਾਂ। ਹਾਂ, ਇਹ ਗੱਲ ਸਮਝੋ ਪਹਿਲਾਂ। ਇਹ ਵੀ ਨਹੀਂ ਕੋਈ ਸੋਚ ਸਕਦਾ ਵੀ ਪਿਛਲਾ 71ਵਾਂ ਸਾਲ ਆ, 47 ਤੋਂ ਬਾਅਦ ਸੈਂਕੜੇ ਚੋਣਾਂ ਹੋਈਆਂ ਅਸੈਂਬਲੀ ਪਾਰਲੀਮੈਂਟ ਦੀਆਂ, ਕੋਈ ਐਸੀ ਘਟਨਾ ਨਹੀਂ ਵੀ ਰਿਜ਼ਲਟ ਨਿਕਲਣ ਦੇ 48 ਘੰਟੇ ਦੇ ਅੰਦਰ ਅੰਦਰ ਕਿੰਨੀਆਂ ਘਟਨਾਵਾਂ ਹੋਈਆਂ। ਸਾਢੇ 514 ਲੋਕ ਜ਼ਖਮੀ ਕੀਤੇ, 1539 ਜਿਹੜੇ ਆ ਉਹ ਮਕਾਨ ਢਾਏ, 196 ਘਰਾਂ ਨੂੰ ਅੱਗ ਲਾਤੀ ਉੱਥੇ ਬੰਬੂ ਦੇ ਉਹਦੇ ਘਰ, ਸਾਡੇ ਦਫ਼ਤਰਾਂ 'ਤੇ ਕਬਜ਼ਾ ਕੀਤਾ, 208 ਦਫ਼ਤਰ ਜਿਹੜੇ ਆ ਉਹਨਾਂ 'ਤੇ ਕਬਜ਼ਾ ਕਰ ਲਿਆ, ਹੋਰ ਕਈ ਕੁਛ ਕਰ ਰਿਹਾ, ਲਗਾਤਾਰ ਹੀ ਜਾਰੀ ਆ। ਹਿੰਦੁਸਤਾਨ ਦੀ ਆਜ਼ਾਦੀ ਦੇ ਇਤਿਹਾਸ 'ਚ ਡੈਮੋਕ੍ਰੈਟਿਕਲੀ ਚੁਣੀਆਂ ਹੋਈਆਂ ਗੌਰਮੈਂਟਾਂ ਬਦਲੀਆਂ, ਸੈਂਕੜੇ ਗੌਰਮੈਂਟਾਂ ਬਦਲੀਆਂ, ਪਰ ਐਸੀ ਘਟਨਾ ਨਹੀਂ ਵਾਪਰੀ। ਇੱਥੇ ਕਿਉਂ ਵਾਪਰੀ? ਇੱਕ ਸਵਾਲ ਪੈਦਾ ਹੁੰਦਾ ਜੀ, ਇਹ ਸਵਾਲ ਆ ਵੀ RSS BJP ਨੇ ਜੋ ਪਹਿਲਾਂ ਹੀ ਪਲਾਨ ਕੀਤਾ ਸੀ ਉਸ ਦੇ ਉੱਤੇ ਕੰਮ ਕੀਤਾ, ਉਹਦੀ ਪੁਸ਼ਟੀ ਕੌਣ ਕਰਦਾ? ਉਹਦੀ ਪੁਸ਼ਟੀ ਉੱਥੋਂ ਦੇ ਗਵਰਨਰ ਸਾਹਿਬ ਕਰਦੇ। ਜਦੋਂ ਇਹ ਬਿਆਨ ਦਿੰਦੇ ਆ ਵੀ ਇਹ ਨੈਚੁਰਲ ਵਾ, ਅੱਛਾ ਜੇ ਨੈਚੁਰਲ ਆ ਤਾਂ ਫਿਰ ਬਾਕੀ ਦੇਸ਼ 'ਚ ਕਿਉਂ ਨਹੀਂ ਹੋਇਆ? ਇਹ ਨੈਚੁਰਲ ਨਹੀਂ ਆ, ਇਹ ਇੱਕ ਯੋਜਨਾਬੱਧ ਹਮਲਾ ਆ ਔਰ ਟੈਰਿਸਟ ਬੁਲਾਉਂਦਾ, ਕਿਉਂਕਿ ਬੁਨਿਆਦੀ ਤੌਰ 'ਤੇ RSS BJP ਜਿਹੜੀ ਆ ਉਹ ਜਮਹੂਰੀਅਤ ਵਿਰੋਧੀ ਆ ਔਰ ਉਹ ਆਪਣੇ ਏਜੰਡੇ ਨੂੰ ਰਾਜਨੀਤਿਕ ਜਿਹੜਾ ਆ ਦਮਨ ਰਾਹੀਂ ਅੱਗੇ ਲੈ ਕੇ ਵਧਾਉਂਦੀ। ਮਿਸ਼ਰ, ਜਿਹੜਾ ਬੁੱਤ ਤੋੜਨਾ ਜਿਹੜਾ ਲੈਨਿਨ ਦਾ, ਤੁਸੀਂ ਇਹਨੂੰ ਕਿਵੇਂ, ਤੁਸੀਂ ਬਹੁਤ ਤਜਰਬਾ ਜਿਹੜਾ ਜੀ ਉਹ ਹੰਡਾਇਆ ਜੋ ਬਾਕੀ ਸੂਬਿਆਂ ਦੇ ਵਿੱਚ ਫੈਲ ਗਿਆ, ਈਵਨ ਪੱਛਮੀ ਬੰਗਾਲ ਦੇ ਵਿੱਚ ਜਦੋਂ ਸੱਤਾ ਪਰਿਵਰਤਨ ਹੋਇਆ ਸੀਗਾ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਸਾਹਮਣੇ ਉਦੋਂ ਵੀ ਨਹੀਂ ਆਈ, ਬਹੁਤ ਵੱਡਾ ਰਾਜ ਸੀਗਾ ਉਹ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਓਵਰਆਲ, ਕੀ ਇਹਦਾ ਜਿਹੜਾ ਪ੍ਰਭਾਵ ਆ ਉਹ ਮੁਲਕ ਦੀ ਰਾਜਨੀਤੀ 'ਤੇ ਪੈਣ ਜਾਊਗਾ? ਨਹੀਂ, ਜੇ ਤੁਸੀਂ ਇਹਨੂੰ ਨਾ ਜੋੜ ਕੇ ਦੇਖੋ, ਉਹਨਾਂ ਦੀ RSS ਦੀ ਇੱਕ ਲਿਸਟ ਵਾ, ਅਸੀਂ ਕਿਹਨਾਂ 'ਤੇ ਹਮਲਾ ਕਰਨਾ ਹੈ, ਉਸ ਹਮਲੇ ਦੇ ਵਿੱਚ ਲਿਖਿਓ ਆ ਕਮਿਊਨਿਸਟ ਲਿਖੇ ਆ, ਸਮਾਜਵਾਦੀ ਲਿਖਿਓ ਆ, ਈਵਨ ਮਹਾਤਮਾ ਗਾਂਧੀ ਲਿਖਿਆ ਆ, ਜਵਾਹਰ ਲਾਲ ਨਹਿਰੂ ਲਿਖਿਆ ਆ, ਘੱਟ ਗਿਣਤੀ ਮੁਸਲਮਾਨ ਲਿਖੇ ਆ, ਘੱਟ ਗਿਣਤੀ ਲੋਕ ਲਿਖੇ ਆ, ਉਹਨਾਂ ਦਾ ਬੇਸਿਕ ਏਜੰਡਾ ਆ, ਉਹ ਤਾਂ ਮਾਝੇ ਢਾਲਦੇ ਆ, ਠੀਕ ਨਹੀਂ, ਉਹ ਬੁੱਤ ਕਿਉਂ ਨਹੀਂ ਢਾਉਣਗੇ? ਉਹ ਜਿਹੜੀ ਦਲੀਲ ਦਿੰਦੇ ਆ ਵੀ ਲੈਣਨ ਦਾ ਹਿੰਦੁਸਤਾਨ ਨਾਲ ਕੀ ਸੰਬੰਧ। ਇੱਕ ਮੈਂ ਮੈਂਬਰ ਪਾਰਲੀਮੈਂਟ BJP ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦਾ ਇਹ ਤਾਂ ਅੱਤਵਾਦੀ ਸੀ ਨਾਲੇ ਵਿਦੇਸ਼ੀ ਸੀ। ਦੇਖੋ ਪਹਿਲੀ ਗੱਲ ਇਹ ਆ, ਜੇ ਕਿਸੇ ਨੇ ਉਹਨੇ ਲੈਣਨ ਦੇ ਦੋ ਅੱਖਰ ਵੀ ਪੜ੍ਹੇ ਹੁੰਦੇ ਫਿਰ ਸ਼ਾਇਦ ਬਿਆਨ ਨਾ ਦਿੰਦਾ, ਫਿਰ ਬਿਆਨ ਨਾ ਦਿੰਦਾ, ਪੜ੍ਹੇ ਲਿਖੇ ਤਾਂ ਹੈ ਨਹੀਂ ਉਹ, ਬਿਆਨ ਹੀ ਦੇਣਾ ਆ। ਉਸ ਐਸਾ ਵਿਅਕਤੀ ਆ ਉਹਦਾ ਭਰਾ ਅੱਤਵਾਦੀ ਸੀ, ਉਹਨੂੰ ਫਾਂਸੀ ਲੱਗੀ, ਉਸਨੇ ਉਹਨੂੰ ਕੰਡੈਮ ਕੀਤਾ, ਅਫਸੋਸ ਕੀਤਾ ਮੇਰਾ ਭਰਾ, ਪਰ ਕਹਿੰਦਾ ਗਲਤ ਰਸਤੇ ਸੀ। ਜਿਹੜਾ ਆਪਣੇ ਭਰਾ ਨੂੰ ਗਲਤ ਰਸਤੇ ਕਹਿ ਸਕਦਾ, ਜਿਹੜਾ ਐਕਸਟ੍ਰੀਮਿਸਟ ਹੋਵੇ ਉਹਨੇ ਕਿਹਾ ਰੈਵੋਲੂਸ਼ਨ ਦਾ ਮਤਲਬ ਇਹ ਆ, ਠੀਕ ਨੇ। ਫਿਰ ਕੀ ਆ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਸਮਝਣਾ ਪਏਗਾ, ਲੈਣ ਨੂੰ ਤਾਂ ਹਿੰਦੁਸਤਾਨ ਨੂੰ ਵਿਦੇਸ਼ੀ ਆ ਕਿ ਨਹੀਂ? ਪਹਿਲਾ ਸਵਾਲ ਇਹ ਆ ਵੀ ਵਿਦੇਸ਼ੀ ਕੀ ਦੇ? ਉਹ ਇੱਕ ਐਸਾ ਵਿਅਕਤੀ ਆ ਜਿਹਦਾ ਥੀਸਿਸ ਕੀ ਕਹਿੰਦਾ, ਉਹ ਕਹਿੰਦਾ ਗੁਲਾਮ ਮੁਲਕਾਂ ਦੀ ਆਜ਼ਾਦੀ ਹੋਣੀ ਚਾਹੀਦੀ ਆ, ਔਰ ਸੋਵੀਅਟ ਯੂਨੀਅਨ ਜਿਹੜਾ ਉਹਨੇ ਬਣਾਇਆ ਉਸਨੇ ਸੰਸਾਰ ਦੇ ਉਹਨਾਂ ਸਾਰੇ ਦੇਸ਼ਾਂ ਦੀ ਮਦਦ ਕੀਤੀ ਜਿਹੜੇ ਆਪਣੀ ਆਜ਼ਾਦੀ ਦੀ ਲੜ ਰਹੇ ਸੀ, ਔਰ ਉਹਨਾਂ ਦੀ ਲੀਡਰਸ਼ਿਪ ਅਸਟੈਬਲਿਸ਼ ਕੀਤੀ, ਆ ਕੇ ਰਾਜ ਤਾਂ ਕੀਤਾ ਨਹੀਂ। ਜੇ ਉਹ ਸਮਝਦੇ ਆ ਵੀ ਉਹ ਵਿਦੇਸ਼ੀ ਸੀਗਾ, ਤੁਹਾਡੇ ਕਹਿਣ ਦਾ ਭਾਵ ਮੈਂ ਨਹੀਂ, ਪੁਆਇੰਟ ਮੇਰਾ ਥੋੜ੍ਹਾ ਜਿਹਾ ਕਲੀਅਰ ਹੁੰਦਾ, ਇਹ ਤੁਹਾਡੇ ਲਈ ਵੀ ਹੋਏਗਾ ਪੁਆਇੰਟ। ਉਹ ਜਦੋਂ ਇਹ ਕਹਿੰਦਾ, ਮੈਂ ਸਵਾਲ ਕਰਦਾ ਬਾਲ ਗੰਗਾਧਰ ਤਿਲਕ,
ਹਿੰਦੁਸਤਾਨ ਦੀ ਆਜ਼ਾਦੀ ਦਾ ਸੂਰਮਾ, ਉਹਨੇ ਲੈਨਨ ਨੂੰ ਸਭ ਤੋਂ ਵੱਧ ਸਿਫਤ ਕੀਤੀ। ਇਹ ਕਹਿਣ ਵੀ ਉਹ ਬਾਲ ਗੰਗਾਧਰ ਕਾਲ ਸੀ। ਟੈਗੋਰ ਨੇ ਉਹਨੂੰ ਸਭ ਤੋਂ ਵੱਧ ਐਪਰੀਸ਼ੀਏਟ ਕੀਤਾ। ਇਹ ਕਹਿਣ ਟੈਗੋਰ ਦਾ ਭਗਤ ਸਿੰਘ ਉਹਦੀ ਕਿਤਾਬ ਪੜ੍ਹਿਆ ਸੀ ਸਟੇਟ ਐਂਡ ਰੈਵੋਲੂਸ਼ਨ, ਫਾਂਸੀ ਦੇ ਲੱਗਣ ਤੋਂ ਪਹਿਲਾਂ, ਜਿਹੜਾ ਇੱਥੋਂ ਦੇ ਮੁਲਕ ਦੇ ਯੂਥ ਦਾ ਅੱਜ ਵੀ ਹੀਰੋ ਹੀਰੋ ਆ। ਗਦਰੀ ਬਾਬੇ ਸਾਰੇ ਉਹ ਪੁੱਛੋ ਇਤਿਹਾਸ 'ਚ ਜਾ ਕੇ ਦੇਖੋ ਕਿੱਦਾਂ ਗਏ, ਜਾਂ ਦੁਨੀਆ ਦੇ ਉਹ ਲੋਕ ਜਿਹੜੇ ਦੁਨੀਆ ਦੇ ਵਿੱਚ ਆਜ਼ਾਦੀ ਚਾਹੁੰਦੇ, ਮੁਲਕਾਂ ਦੀ ਆਜ਼ਾਦੀ ਚਾਹੁੰਦੇ, ਆਪਣੇ ਦੇਸ਼ਾਂ ਦੀ ਆਜ਼ਾਦੀ ਚਾਹੁੰਦੇ, ਉਹ ਲੋਕ ਸਾਰੇ ਜਿਹੜੇ ਆ ਸੰਸਾਰ ਪੱਧਰ 'ਤੇ ਲੈਨਨ ਨੂੰ ਆਪਣੀ ਪ੍ਰੇਰਨਾ ਸਰੋਤ ਸਮਝਦੇ। ਜਿਹੜਾ ਪ੍ਰੇਰਨਾ ਸਰੋਤ ਆ ਸੋਵੀਅਤ ਯੂਨੀਅਨ ਦਾ ਲਾ ਲਓ, ਜਿੰਨੀਆਂ ਦੁਨੀਆ ਦੇ ਅੰਦਰ ਆਜ਼ਾਦੀ ਦੀਆਂ ਲਹਿਰਾਂ ਚੱਲੀਆਂ ਉਹਨਾਂ ਨੇ ਉਹਦੀ ਮਦਦ ਕੀਤੀ। ਉਹਦਾ ਬਣਾਇਆ ਹੋਇਆ ਸੋਵੀਅਤ ਯੂਨੀਅਨ ਜਦੋਂ 1971 ਦੀ ਜੰਗ ਹੋਈ, ਉਸਨੇ ਆ ਕੇ ਹੀ ਸਾਡੀ ਰਾਖੀ ਕੀਤੀ, ਦੇਸ਼ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਅਮੈਰੀਕਾ ਦੇ ਸਾਹਮਣੇ ਅੱਖਾਂ ਦਿਖਾਈਆਂ। ਜਿਹੜੇ ਲੋਕ ਇਹ ਵਿਦੇਸ਼ੀ ਕਰਦੇ ਆ, ਅੱਜ ਕਾਹਦੀ ਕਹਿ ਰਹੇ ਆ, ਕਹਿੰਦੇ ਮੋਦੀ ਸਾਹਿਬ ਬੜੇ ਕਾਮਯਾਬ ਆ, ਵਿਦੇਸ਼ੀ ਪੈਸਾ ਲੈ ਕੇ ਆ ਰਹੇ ਆ, ਮੇਡ ਇਨ ਇੰਡੀਆ ਤੋਂ ਮੇਕ ਇਨ ਇੰਡੀਆ ਬਣਾ ਰਹੇ ਆ। ਮੇਰਾ ਸਵਾਲ ਆ ਬੜਾ ਸਪਸ਼ਟ, ਟਰੰਪ ਨੂੰ ਉੱਤਰ ਕੇ ਜੱਫੀ ਪਹੁੰਚ ਜਾਂਦੇ ਆ, ਠੀਕ ਨਹੀਂ? ਕੋਈ ਸਾਮਰਾਜੀ ਪ੍ਰਧਾਨ ਮੰਤਰੀ ਆਉਂਦਾ ਉਹਨੂੰ ਜੱਫੀ ਪਹੁੰਚ ਜਾਂਦੇ, ਉਹ ਵਿਦੇਸ਼ੀ ਆ। ਇੱਥੇ ਇੱਕ ਗੱਲ ਸਮਝਣ ਵਾਲੀ ਆ, ਜਿਹੜਾ ਵਿਚਾਰ ਹੁੰਦਾ ਇਹ ਬਾਉਂਡਰੀਆਂ 'ਚ ਸੀਮਿਤ ਨਹੀਂ ਹੁੰਦਾ। ਵਿਵੇਕਾਨੰਦ ਹੋਇਆ, ਅਸੀਂ ਬੜਾ ਫਖਰ ਕਰਦੇ ਹਾਂ, ਉਹਨੇ ਅਮੈਰੀਕਾ 'ਚ ਲੈਕਚਰ ਦਿੱਤਾ, ਉਹਦਾ ਉਹਨੇ ਉੱਥੇ ਬੁੱਤ ਲਾਇਆ ਆ, ਕੀ ਫਿਰ ਅਮੈਰੀਕਨ ਕੱਲ੍ਹ ਨੂੰ ਉਹਨੂੰ ਤੋੜ ਦੇ? ਵਿਚਾਰਾਂ ਦਾ ਸੀ, ਤੁਸੀਂ ਕਹਿੰਦੇ ਆ ਵਿਚਾਰਾਂ, ਮਤਲਬ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਇਹ ਬੁੱਤ ਤੋੜਿਆ ਜਾ ਰਿਹਾ, ਇਹ ਜਿਹੜਾ ਉਹਦੀ ਲਿਖਤ ਹੈ, ਕਿਉਂਕਿ ਇੱਕ ਮੈਂ ਅਕਸਰ ਇਹਦਾ ਜ਼ਿਕਰ ਕਰਦਾ ਕਿ ਜਿਹੜਾ ਭਗਤ ਸਿੰਘ ਦਿਖਾਇਆ ਜਾਂਦਾ ਉਹ ਪਿਸਤੌਲ ਵਾਲਾ ਦਿਖਾਇਆ ਜਾਂਦਾ, ਕਿਤਾਬ ਵਾਲਾ ਨਹੀਂ। ਜੋ ਕੁਛ ਲਿਖਿਆ ਹੋਇਆ ਇਹ ਉਹਨੂੰ ਤੋੜਨ ਦੀ ਕੋਸ਼ਿਸ਼ ਹੈ ਕਿ ਇਹ ਕਿਤੇ ਅੱਗੋਂ ਬਾਗੀ ਨਾ ਪੈ। ਹੋਰ ਸਮਝਦਾ, ਇਹ ਤਾਂ ਉਹ ਡਰ ਚੋਂ ਹੀ ਤੋੜੀ ਜਾਂਦੇ ਆ, ਵਿਚਾਰਾਂ ਤੋਂ ਡਰਦੇ ਆ, ਬੁੱਤ ਤੋੜਦੇ ਆ। ਬੁਨਿਆਦੀ ਸਵਾਲ ਵਿਚਾਰ ਆ, ਵਿਚਾਰ ਆ, ਵਿਚਾਰਾਂ ਤੋਂ ਡਰਦੇ ਆ, ਬੁੱਤ ਤੋੜਦੇ ਆ, ਕਿਉਂਕਿ ਘੱਟ ਬੁੱਧੀ ਦੇ ਲੋਕ, ਘੱਟ ਬੁੱਧੀ ਦੇ। ਇਸ ਕਰਕੇ ਜਦੋਂ ਕੰਡੈਮਨੇਸ਼ਨ ਹੋਈ ਸਾਰੇ ਦੇਸ਼ 'ਚ, ਉਹਨਾਂ ਨੇ ਇੱਥੋਂ ਤੱਕ ਥੋੜ੍ਹੇ ਰਹੇ, ਉਹ ਆਪਣੇ ਉਹਨਾਂ ਸਾਰਿਆਂ ਦੇ ਬੁੱਤ ਤੋੜਦੇ ਆ। ਉਹ ਮਹਾਤਮਾ ਗਾਂਧੀ ਦਾ ਬੁੱਤ ਵੀ ਤੋੜਦੇ ਆ, ਮਹਾਤਮਾ ਗਾਂਧੀ ਮਾਰਿਆ ਵੀ ਆ, ਨੱਥੂ ਰਾਮ ਗੌਡਸੇ ਨੇ, ਕੋਈ ਇਨਕਾਰ ਕਰ ਸਕਦਾ? ਕੋਈ ਨਹੀਂ ਕਰ ਸਕਦਾ, ਕੋਈ ਇਨਕਾਰ ਕਰ ਸਕਦਾ ਵੀ ਹਾਂ ਵੀ ਨਹੀਂ ਮਾਰਿਆ? ਉਹ ਸਵਾਲ ਸਾਡੇ ਸਾਹਮਣੇ ਆ ਵੀ ਉਹ ਮਹਾਤਮਾ ਗਾਂਧੀ ਆ, ਉਹ ਅੰਬੇਦਕਰ ਤੋਂ ਡਰ ਰਿਹਾ, ਅੰਬੇਦਕਰ ਦੇ ਅਟੈਕ ਕਰ ਰਿਹਾ, ਉਹ ਦੱਖਣ 'ਚ ਜਾ ਕੇ ਕੋਈ ਲੀਡਰ ਜਿਹੜਾ ਆ ਸਮਾਜ ਸੁਧਾਰਕ ਉਹਦਾ ਅਟੈਕ ਕਰ ਰਿਹਾ, ਉਹ ਕੱਲ੍ਹ ਨੂੰ ਕਿਸੇ ਹੋਰ 'ਤੇ ਵੀ ਕਰ ਸਕਦੇ ਆ। ਬੁੱਤ ਕੀ ਹੁੰਦਾ, ਮੂਰਤੀ ਕੀ ਹੁੰਦੀ, ਇੱਕ ਬੁਨਿਆਦੀ ਸਵਾਲ। ਮੂਰਤੀ ਸਿੰਬੋਲਾਈਜ਼ ਕਰਦੀ ਆ ਵੀ ਇਸ ਵਿਅਕਤੀ ਨੇ ਆਪਣੇ ਸਮੇਂ ਵਿੱਚ ਕੀ ਕੰਟਰੀਬਿਊਟ ਕੀਤਾ ਜਾਂ ਸੁਸਾਇਟੀ 'ਚ ਇਹਦੀ ਕੀ ਦੇਣ, ਉਹ ਛੋਟੀ ਹੋਵੇ, ਵੱਡੀ ਹੋਵੇ, ਪਿੰਡ ਪੱਧਰ ਦਾ ਹੋਵੇ, ਕੁਛ ਹੋਵੇ, ਠੀਕ ਨੇ? ਉਸ ਨੂੰ ਰੀਪ੍ਰਜੈਂਟ ਕਰਦਾ, ਉਹ ਇਤਿਹਾਸ ਦਾ ਪਾਠ ਹੁੰਦੇ, ਇਤਿਹਾਸ ਮਿਟਦਾ ਨਹੀਂ। ਇੱਥੇ ਜੇ ਬੁੱਧ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਬੁੱਧ ਦੇ ਬੁੱਤ ਤਾਂ ਹਿੰਦੁਸਤਾਨ ਤੋਂ ਬਾਹਰ, ਪਿੱਛੇ ਤਾਲਿਬਾਨਾਂ ਨੇ ਤੋੜੇ ਆ, ਅਫਗਾਨਿਸਤਾਨ, ਸਾਰੀ ਦੁਨੀਆ ਨੇ ਕੰਡੈਮ ਕੀਤਾ, ਕਿਉਂਕਿ ਪਿਸ਼ਾਵਰ ਸੈਂਟਰ ਸੀ ਉਹ ਰਸਤਾ ਲੰਘਣ ਦਾ, ਕਾਰੋਬਾਰ ਦਾ ਕੇਂਦਰ ਦਾ, ਉਹ ਇੰਨੀ ਵਧੀਆ ਜਾਣੀ ਕਿ। ਇਸ ਕਰਕੇ ਜਿਹੜੇ ਲੋਕ ਇਤਿਹਾਸ ਨੂੰ ਖਤਮ ਕਰਨਾ ਚਾਹੁੰਦੇ ਆ, ਉਹ ਬੇਸਿਕਲੀ ਜਿਹੜਾ ਆ ਇਤਿਹਾਸ ਤਾਂ ਖਤਮ ਨਹੀਂ ਕਰ ਸਕਦੇ, ਪਰ ਆਪਣੀ ਜਿਹੜੀ ਆ ਨਿਸ਼ਾਨਾ ਉਸ ਨੂੰ ਸਿੱਧਤ ਕਰਦੇ ਆ। ਇਸ ਕਰਕੇ ਜਿਹੜੀ ਆ ਇਹ ਸਭ ਤੋਂ ਵੱਧ ਕੰਡੈਮ ਹੋਇਆ। ਜੇ ਦੇਖਿਆ ਜਾਵੇ ਪੰਜਾਂ ਦਿਨਾਂ ਦਾ ਪੜ੍ਹ ਕੇ ਦੇਖ ਲਓ, ਸੋਸ਼ਲ ਮੀਡੀਆ ਦੇਖ ਲਓ, ਬਹੁਤ ਅਖਬਾਰਾਂ ਦੇ, ਵੀ ਇਹ ਕੀ ਕਰ ਦਿੱਤਾ, ਪਾਰਲੀਮੈਂਟ ਤੋਂ ਲੱਗ ਕੇ ਜਨਤਾ ਤੱਕ ਗਿਆ ਇਸਦਾ, ਵੀ ਇਹ ਗਲਤ ਹੋਇਆ, ਵੀ ਤੁਸੀਂ ਉਸ ਸਿੰਬਲ ਨੂੰ ਕਿਉਂ ਅਟੈਕ ਕੀਤਾ। ਇਸ ਕਰਕੇ ਸਵਾਲ ਸਾਡੇ ਸਾਹਮਣੇ ਆ ਕਿ ਇਹ ਜਿਹੜਾ ਆ ਇਹ ਸਾਰਾ ਵਾਤਾਵਰਣ ਜੋ ਪੈਦਾ ਕਰ ਰਹੇ ਆ, ਅਸਲ ਵਿੱਚ ਇਹਨਾਂ ਦੇ ਅੰਦਰ ਆਪਣੇ 'ਚ ਵਿਸ਼ਵਾਸ ਨਹੀਂ, ਇਨਟੋਲਰੈਂਸ, ਜਮਹੂਰੀਅਤ ਵਿਰੋਧੀ ਆ। ਜਿਹੜੀ ਗੱਲ ਬੇਸਿਕ ਸਮਝਣ ਵਾਲੀ ਹੈ ਨਾ, ਅੱਜ ਜਮਹੂਰੀਅਤ ਨੂੰ ਵੱਡਾ ਖਤਰਾ ਖੜਾ ਹੋਇਆ, ਜਿਵੇਂ ਕਹਿੰਦੇ ਟੈਸਟਿੰਗ ਲੈਬੋਰਟਰੀ ਆ, ਨਵੇਂ ਸਿਰੇ ਤੋਂ ਇਹ ਟੈਸਟਿੰਗ ਲੈਬੋਰਟਰੀ ਆ, ਇਹ ਟੈਸਟ ਕਰਕੇ ਦੇਖਿਆ ਜਾ ਰਿਹਾ ਵੀ ਆਹ ਚੱਲਦਾ ਕਿ ਨਹੀਂ ਚੱਲਦਾ, ਆਹ ਚੱਲਦਾ ਕਿ ਨਹੀਂ ਚੱਲਦਾ। ਸੋ ਜਿਹੜਾ ਇੱਕ ਜ਼ਿਕਰ ਚੱਲਦਾ ਮਿਸ਼ਰਾ ਜੀ ਕਿ ਜਿਹੜਾ ਇਹਦੀ ਏਜੰਡਾ, ਜਿਹੜਾ ਲੁਕਵਾਂ ਏਜੰਡਾ, ਹਿਡਨ ਏਜੰਡਾ ਜਿਹੜਾ ਉਹ ਭਗਵਾਂ ਕਰਨ ਹੈ, ਕੀ ਇਹ ਉਹਦਾ ਪਾਰਟ ਹੈ? ਇੱਕ ਦੇਖੋ ਜੋ ਕੁਛ ਵੀ ਇਹ ਕਰ ਰਹੇ ਆ ਇਹ ਸਾਰੇ ਉਹਦੇ ਪਾਰਟ ਆ। ਵਾਜਪਾਈ ਵੇਲੇ ਹਿਡਨ ਸੀਗਾ, ਹੁਣ ਥੋੜ੍ਹਾ ਓਪਨ। ਇੱਕ ਬੇਸਿਕ ਸਿਧਾਂਤ ਹੁੰਦਾ, ਫਾਸਿਜ਼ਮ ਕੀ ਆ,
ਲੋਕ ਚਰਚਾ ਕਰਦੇ ਕਈ ਵਾਰ ਉਹ ਕਹਿੰਦੇ ਉਹ ਵੀ ਫਾਸਿਸਟ, ਸਾਰੇ ਫਾਸਿਸਟ ਨਹੀਂ ਹੁੰਦੇ। ਫਾਸਿਸਟ ਦਾ ਅਤੇ ਆਮ ਦੂਜੇ ਦਾ ਅੰਤਰ ਕੀ ਹੈ? ਜਿਹੜੇ ਫਾਸਿਸਟ ਲੋਕ ਹੁੰਦੇ ਆ ਉਹ ਡੈਮੋਕਰੇਸੀ 'ਚ ਵਿਸ਼ਵਾਸ ਨਹੀਂ ਰੱਖਦੇ, ਉਹ ਵਿਰੋਧੀ ਵਿਚਾਰਾਂ ਨੂੰ ਥਾਂ ਨਹੀਂ ਦਿੰਦੇ, ਉਹ ਆਪਣੇ ਵਿਰੋਧੀਆਂ ਨੂੰ ਕੋਈ ਸਥਾਨ ਨਹੀਂ ਦਿੰਦੇ, ਉਹ ਨੰਗੀ ਚਿੱਟੀ ਡਿਕਟੇਟਰਸ਼ਿਪ ਕਰਦੇ ਆ। ਉਹਦੇ ਲਈ ਚਾਹੀਦੇ ਹੁੰਦੇ ਆ ਮਾਫੀਆ, ਉਹਨਾਂ ਨੂੰ ਆਰਗੇਨਾਈਜ਼ ਕਰਦੇ ਆ। ਇਹ ਜਿਹੜੀ ਫਾਈਨੈਂਸ ਕੈਪੀਟਲ ਆ, ਜਿਹਨੂੰ ਵਿੱਤੀ ਪੂੰਜੀ ਕਹਿੰਦੇ ਆ, ਇਹ ਉਹਦੇ ਪ੍ਰਤੀਨਿਧ ਹੁੰਦੇ ਫਾਈਨੈਂਸ ਕੈਪੀਟਲ ਦੇ। ਵਿੱਤੀ ਪੂੰਜੀ ਦਾ ਬੋਲਬਾਲਾ ਵੱਧਦਾ ਪਿਆ ਅਤੇ ਇਹਨਾਂ ਦੀ ਗੱਲ ਵੱਧ ਰਹੀ ਆ। ਉਹ ਸਾਰੇ ਬੰਦੇ ਚਾਹੇ ਆ ਜਿਹੜਾ ਹੀਰਿਆਂ ਦੇ ਵੱਡੇ ਵਪਾਰੀ ਜਿਹੜੇ ਭੱਜੇ ਨੇ, ਭੱਜੇ ਆ। ਨੋਟਬੰਦੀ ਸਮੇਂ ਪੁੱਛੋ ਵੀ ਹੀਰੇ ਕਿੰਨੇ ਵੇਚੇ, ਲੱਖ ਵਾਲਾ ਕਰੋੜ ਨੂੰ ਵੀ ਵੇਚ ਦਿੱਤਾ, ਕੀ ਅੱਜ ਗੱਲਾਂ ਆ ਰਹੀਆਂ। ਉਹਦੇ ਮੁਲਾਜ਼ਮ ਦੱਸ ਰਹੇ ਆ ਵੀ ਝਗੜੇ ਕਾਹਦੇ ਆ। ਉਹ ਜਿਹੜਾ ਸਾਰਾ ਕੁਛ ਵਾਤਾਵਰਨ ਕੀਤਾ ਉਹੀ ਇਹਨਾਂ ਦੀ ਟੀਮ ਦੇ ਵਿੱਚ ਆ। ਅੰਡਾਨੀ ਇਹਨਾਂ ਦੀ ਟੀਮ ਦੇ ਵਿੱਚ ਆ, ਕਿੰਨਾ ਕਰਜ਼ਦਾਰ ਆ? ਮੁਕੇਸ਼ ਅੰਬਾਨੀ ਜਾਣਦੇ ਹੋ ਕਿੰਨਾ ਕਰਜ਼ਦਾਰ ਆ? 2,08,00,000 ਕਰੋੜ ਰੁਪਏ ਦਾ ਕਰਜ਼ਦਾਰ ਆ, ਠੀਕ ਨਹੀਂ? ਕਿਉਂਕਿ ਬੈਂਕਾਂ ਦਾ ਪੈਸਾ, ਬੈਂਕਾਂ ਦਾ ਚੱਕਰ। ਇਸ ਕਰਕੇ ਜਿਹੜਾ ਦੇਸ਼ ਅੰਦਰ ਆ ਇਸ ਵੇਲੇ ਵੱਡਾ ਖਤਰਾ ਵਿੱਤੀ ਪੂੰਜੀ ਦੇ ਜਿਹੜੇ ਪ੍ਰਤੀਨਿਧ ਆ, ਕਰੋਨੀ ਕੈਪੀਟਲਿਜ਼ਮ ਦੇ। ਕਰੋਨੀ ਕੈਪੀਟਲਿਜ਼ਮ ਕੀ ਆ? ਜਿਹੜੀ ਦਰਬਾਰੀ ਪੂੰਜੀ ਆ, ਬਿਲਕੁਲ, ਜਿਹੜੀ ਲੁੱਟ ਨਾਲ ਸਰਕਾਰ ਦੀ ਮਦਦ ਨਾਲ ਪੂੰਜੀ ਕੀਤੀ ਆ, ਉਹਦਾ ਖਤਰਾ ਦਿਨ ਬਰੇ ਦਿਨ ਇਹਨਾਂ ਦਿਨਾਂ 'ਚ ਵਧਿਆ। ਔਰ ਉਹਦੇ ਲਈ ਕੀ ਆ? ਤ੍ਰਿਪੁਰਾ ਕੀ ਆ? ਇਹ ਵੀ ਸਮਝ ਲਓ, ਇਹਦੇ 'ਚ ਆਪਾਂ ਅੱਗੇ ਚੱਲ ਕੇ ਇੱਕ ਪੁਆਇੰਟ, ਇਹਦਾ ਤ੍ਰਿਪੁਰਾ ਕੀ ਆ? ਤ੍ਰਿਪੁਰਾ 'ਚ ਤੇਲ ਵਾ ਅਤੇ ਨਿਸ਼ਾਨਾ ਤੇਲ ਵਾ, ਰਿਸੋਰਸਿਸ ਵਾ, ਉੱਥੇ ਉੱਥੇ ਪੈਸਾ ਤਾਂ ਕਰਕੇ ਅੰਨਾ ਸੁੱਟਿਆ ਗਿਆ। ਬਿਲਕੁਲ ਜੀ, ਜਿਹੜੇ ਮਿਸ਼ਰਾ ਜੀ ਗੱਲਬਾਤ ਕਰ ਰਹੇ ਨੇ, ਵਿਜੇ ਮਿਸ਼ਰਾ ਜੀ, ਔਰ ਅਸੀਂ ਜਿਹੜਾ ਅੱਗੋਂ ਜਿਹੜਾ ਅਗਲਾ ਪੁਆਇੰਟ ਹੈ ਜੀ ਉਹ ਡਿਸਕਸ ਕਰਨਾ ਚਾਹੁੰਦੇ ਹਾਂ, ਉਹਦੇ ਦਿਨਾਂ ਦੇ ਦੌਰਾਨ ਕੀ ਕੋਈ ਨਵੇਂ ਗੱਠਜੋੜ ਜਿਹੜੇ ਆ ਉਹ ਉੱਭਰ ਸਕਦੇ ਆ, ਜਾਂ ਫਿਰ ਜਿਹੜੀ 31% ਵੋਟਾਂ ਪਿਛਲੀ ਵਾਰੀ ਲੈ ਕੇ ਬਣੀ ਜਿਹੜੀ BJP ਸੀ, ਜਿਵੇਂ ਕਿਹਾ ਜਾ ਰਿਹਾ ਕਿ ਉਹ ਦੁਬਾਰਾ ਤੋਂ ਸੱਤਾ ਦੇ ਵਿੱਚ ਜਿਹੜੀ ਜੀ ਉਹ ਆ ਸਕਦੀ ਹੈ, ਔਰ ਇਹਦੇ ਵਿੱਚ ਖੱਬਿਆਂ ਸੱਜਿਆਂ ਦਾ ਜਿਹੜਾ ਜੀ ਉਹ ਕੀ ਰੋਲ ਰਹੂਗਾ, ਇਹਦੇ ਵਾਸਤੇ ਅਸੀਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਫਾਇਰ ਲਾਈਨ ਦੇ ਵਿੱਚ। ਵਿਜੇ ਮਿਸ਼ਰਾ ਜੀ ਮੇਰੇ ਨਾਲ ਮੌਜੂਦ ਨੇ, CPIM ਤੋਂ ਨੇ ਉਹ, ਔਰ ਜਿਹੜੀ ਉਹਨਾਂ ਦੀ ਨੈਸ਼ਨਲ ਬਾਡੀ ਹੈ CPIM ਦੀ, ਉਹਦੇ ਉਹ ਇੱਕ ਅਹਿਮ ਮੈਂਬਰ ਨੇ। ਮਿਸ਼ਰਾ ਜੀ, ਤਕਰੀਬਨ ਤੁਸੀਂ ਇਹ ਕਹਿ ਲਓ ਕਿ ਇਲੈਕਸ਼ਨ ਮੋਡ ਦੇ ਵਿੱਚ ਮੁਲਕ ਪੈਣਾ ਸ਼ੁਰੂ ਹੋ ਗਿਆ, ਹਾਲਾਂਕਿ BJP 19 ਦੀ ਗੱਲ ਨਹੀਂ ਕਰਦੀ, ਉਹ 22 ਦੀ ਗੱਲ ਕਰਦੀ ਹੈ ਕਿ 22 ਚਾਹ ਹੋਊਗਾ, 22 ਚਾਹ, ਜਾਂ ਤਾਂ ਉਹ ਭੁੱਲਣਾ ਚਾਹੁੰਦੀ ਹੈ, 19 ਦੇ ਵਿੱਚ ਉਹਨੂੰ ਕੋਈ ਦੱਸਣ ਨੂੰ ਹੈ ਨਹੀਂ ਕੁਛ। ਦੂਜਾ ਜਿਹੜਾ ਅਹਿਮ ਪੱਖ ਹੈ ਜੀ, ਜਿਹੜਾ 31% ਵੋਟਾਂ ਪਿਛਲੀ ਵਾਰੀ ਲੈ ਕੇ ਬਣੀ, 69% ਵੋਟਾਂ ਜਿਹੜੀਆਂ ਉਹ ਵੰਡੀਆਂ ਹੋਈਆਂ ਨੇ ਜੀ 69%। ਜੇ ਅੱਧੀ ਆਪੋਜੀਸ਼ਨ ਵੀ ਇਕੱਠੀ ਹੁੰਦੀ ਹੈ ਤਾਂ ਮੇਰਾ ਖਿਆਲ ਜਿਹੜਾ ਜੀ ਉਹ ਨਕਸ਼ਾ ਬਦਲ ਸਕਦਾ। ਖੱਬੇ ਸੱਜੇ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀਆਂ ਪੋਲਿਸੀਜ਼ ਗਲਤ ਸੀ, ਅਸੀਂ ਤਾਂ ਕਰਕੇ ਉਹਨਾਂ ਤੋਂ ਜਿਹੜਾ ਜੀ ਪਿੱਛੇ ਹੋਏ, ਕੀ ਅਜੇ ਸੋਚਿਆ ਜਾ ਰਿਹਾ? ਕਿਉਂਕਿ ਇਸ ਟਾਈਮ ਆਪਾਂ ਐਜੀਟੇਸ਼ਨ ਦੀ ਗੱਲ ਵੀ ਕੀਤੀ, ਕਿਸਾਨਾਂ ਦੀ ਐਜੀਟੇਸ਼ਨ ਜਿਹੜੀ ਹੈ ਜੀ ਉਹ ਮੁੰਬਈ ਦੇ ਵਿੱਚ ਚੱਲ ਰਹੀ ਹੈ ਬੜੀ ਯੋਜਨਾਬੱਧ ਤਰੀਕੇ ਦੇ ਨਾਲ। ਇਹ ਕਿਹਾ ਜਾਂਦਾ ਕਿ ਖੱਬੇ ਸੱਜੇ ਜਿਹੜੇ ਨੇ ਉਹ ਐਜੀਟੇਸ਼ਨਾਂ ਤਾਂ ਤੋਰ ਲੈਂਦੇ ਆ, ਲੋਕ ਵੀ ਉਹਨਾਂ ਦੇ ਨਾਲ, ਜਿਹੜੇ ਦਬੇ ਕੁਚਲੇ ਲੋਕ ਨੇ ਉਹ ਬਹੁਤ ਵੱਡਾ ਵੋਟ ਬੈਂਕ ਨੇ, ਉਹ ਉਹਨਾਂ ਦੇ ਨਾਲ ਹੈਗੇ ਆ ਪਰ ਵੋਟਾਂ ਨਹੀਂ ਉਹਨਾਂ ਨੂੰ ਪਾਉਂਦੇ ਜਾਂ ਗਲਤੀਆਂ ਜਿਹੜੀਆਂ ਜੀ ਉਹ ਕਰ ਜਾਂਦੇ ਆ। ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਠਜੋੜ BJP ਦੇ ਅਗੇਂਸਟ, ਜਾਂ ਉਹ ਜਿਹੜੀਆਂ ਤਾਕਤਾਂ ਜਿਹੜੀਆਂ ਧਰਮ ਦੇ ਉੱਤੇ ਰਾਜਨੀਤੀ ਕਰਦੀਆਂ ਨੇ ਉਹਨਾਂ ਦੇ ਅਗੇਂਸਟ ਵੇਖਣ ਨੂੰ ਮਿਲ ਸਕਦਾ? ਕਿਤੇ ਕੁਛ ਫਲੈਕਸੀਬਿਲਿਟੀ ਆ ਸਕਦੀ ਹੈ ਵਿਚਾਰਾਂ 'ਚ ਕਿ ਨਹੀਂ? ਦੇਖੋ, ਮੈਂ ਤੁਸੀਂ ਦੋ ਸਵਾਲ ਇਕੱਠੇ ਜੋੜੇ ਆ ਜੀ, ਮੈਂ ਜਿਹੜਾ ਤੁਸੀਂ ਬਾਅਦ 'ਚ ਕੀਤਾ ਮੈਂ ਪਹਿਲਾਂ ਲਿਆਉਣਾ ਚਾਹੁੰਦਾ ਜੀ। ਇਲੈਕਸ਼ਨ ਦਾ ਜਿਹੜਾ 19 ਦਾ ਆ ਮੈਂ ਬਾਅਦ 'ਚ ਚਰਚਾ ਕਰਦਾ ਜੀ। ਜਿਹੜਾ ਬੁਨਿਆਦੀ ਸਵਾਲ ਆ ਵੀ ਇਹ ਐਜੀਟੇਸ਼ਨਾਂ ਕਰਦੇ ਆ ਅਤੇ ਵੋਟਾਂ ਨਹੀਂ ਪਵਾ ਸਕਦੇ, ਇਹ ਕਈ ਥਾਂ 'ਤੇ ਤਾਂ ਠੀਕ ਵਾ ਅਤੇ ਕਈ ਥਾਂ 'ਤੇ ਨਹੀਂ ਜੀ। ਜੇ ਅਸੀਂ ਕਹੀਏ ਵੀ ਬੰਗਾਲ 'ਚ ਅਸੀਂ ਵੋਟਾਂ ਨਹੀਂ ਪਵਾਉਂਦੇ, ਪਵਾ ਲੈਂਦੇ ਰਹੇ ਹਾਂ। ਜੇ ਅਸੀਂ ਕਹੀਏ ਕੇਰਲਾ 'ਚ ਜਾਂ ਤ੍ਰਿਪੁਰਾ 'ਚ ਵੋਟਾਂ ਪੈਂਦੀਆਂ, ਹੋਰ ਵੀ ਕਿਤੇ ਕਿਤੇ ਪੋਕਟਾਂ 'ਚ ਪੈਂਦੀਆਂ, ਸਾਨੂੰ ਐਸੀ ਗੱਲ ਨਹੀਂ ਪਾ ਲੈਣ। ਪਰ ਕਮਿਊਨਿਸਟ ਪਾਰਟੀ ਕੋਈ ਵੀ ਜਿਹੜੀ ਹੈ ਨਾ ਉਹ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਪਿੱਠ ਨਹੀਂ ਦੇ ਸਕਦੀ। ਉਹਦੇ ਲਈ ਅਹਿਮ ਸਵਾਲ ਕੀ ਆ? ਅੱਜ ਕਿਸਾਨ ਲਈ ਖੁਦਕਸ਼ੀ ਦਾ ਸਵਾਲ ਅਹਿਮ ਸਵਾਲ ਆ। ਅਸੀਂ ਕਹੀਏ ਵੀ ਤੂੰ ਸਾਨੂੰ ਵੋਟਾਂ ਪਾਵੇ ਵੀ ਸਾਨੂੰ ਠੀਕ ਕਰਾਂਗੇ, ਹੈਂਜੀ, ਜੇ ਐਕੀ ਨਾ ਪਾਈਆਂ ਤਾਂ ਅਗਲੀ ਵਾਰ ਪਾਈ ਫਿਰ ਠੀਕ ਕਰਾਂਗੇ, ਇਹ ਗੱਲ ਨਹੀਂ ਕੀਤੀ ਜਾ ਸਕਦੀ ਨਾ ਕਰਾਂਗੇ। ਅੱਜ ਉਹਦੇ ਦੋ ਮੁੱਖ ਮਸਲੇ ਆ। ਪਹਿਲਾ ਸਵਾਲ ਆ ਵੀ ਉਹ ਖੁਦਕਸ਼ੀ ਕਰਦਾ ਕਰਜ਼ੇ ਕਰਕੇ, ਫਿਰ ਸਵਾਲ ਆਉਂਦਾ ਵੀ ਕਰਜ਼ਾ ਚੜ੍ਹਦਾ ਕਿਉਂ, ਉਹਦਾ ਸਮਾਧਾਨ ਕਿਆ? ਵੀ ਜੇ ਕਰਜ਼ਾ ਨਾ ਚੜ੍ਹੇ ਖੁਦਕਸ਼ੀ ਨਹੀਂ ਕਰੇਗਾ, ਇਹ ਕਹਿੰਦੇ ਖੁਦਕਸ਼ੀ ਕਰ ਲਾ ਪੈਸੇ ਲੈ ਲਾ,
ਠੀਕ ਨਹੀਂ ਵੀ ਘਰ ਦੇ ਪਿੱਛੋਂ ਰਾਹ ਤੋਂ ਦੇਣੀ ਚਾਹੀਦੀ ਹੈ ਵੀ ਉਹਦੇ ਘਰ ਦੇ ਪਿੱਛੋਂ ਨਾ ਜੇ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲੇ ਨੂੰ ਇੰਨ ਬਿੰਨ ਲਾਗੂ ਕਰੋ 50% ਟੋਟਲ ਦਾ ਉਹਦਾ ਜਿਹੜਾ ਆ ਖਰਚਾ ਖੁਦਕਸ਼ੀਆਂ ਸ਼ਾਇਦ ਹੋਣ ਪਰ ਨਾ ਹੁਣ ਬਰਾਬਰ ਹੋਣਗੀਆਂ ਕਿਉਂਕਿ ਉਹਦੀ ਕਰਜ਼ਾ ਮਾਫ਼ ਕਰ ਦਿਉ ਇਹ ਕਰ ਦਿਉ ਉਹਦਾ ਸਿਸਟਮ ਬਣਾ ਦਿਉ ਉਹ ਚੰਗੀ ਜ਼ਿੰਦਗੀ ਜੀ ਸਕਦਾ ਇਸੇ ਤਰ੍ਹਾਂ ਜਿਹੜੀ ਸੁਸਾਇਟੀ ਦੇ ਵਿੱਚ ਆ ਪੈਸੇ ਤਾਂ ਜਾ ਰਹੇ ਆ 1% ਲੋਕਾਂ ਕੋਲ ਸੁਸਾਇਟੀ ਤਾਂ ਗਰੀਬ ਹੋ ਰਹੀ ਆ ਹੁਣ ਉਹਨਾਂ ਦੇ ਬੁਨਿਆਦੀ ਮੁੱਦੇ ਉੱਠਣਗੇ ਤੁਸੀਂ ਗੱਦੀ 'ਤੇ ਵੀ ਬੈਠ ਜਾਓ ਜੇ ਬੁਨਿਆਦੀ ਮੁੱਦੇ ਨੂੰ ਹੱਲ ਨਹੀਂ ਕਰੋਗੇ ਤਾਂ ਫਾਇਦਾ ਕੋਈ ਨਹੀਂ ਤੁਸੀਂ ਬੈਠ ਜਾਓ ਜਾਂ ਕੋਈ ਹੋਰ ਕੋਈ ਚੀਫ ਮਿਨਿਸਟਰ ਹੋ ਜਾਏ ਬਿਨਾਂ ਸੱਤਾ ਤੋਂ ਤਬਦੀਲੀ ਆਉਣੀ ਨਹੀਂ ਪਹਿਲਾਂ ਦੇਖੋ ਇਹਦੇ 'ਚ ਦੋ ਗੱਲਾਂ ਹੈ ਜਿਹੜੀਆਂ ਇਸ ਵੇਲੇ ਦੇਸ਼ ਦੇ ਲੋਕਾਂ ਨੂੰ ਲਾਮਬੰਦ ਕਰਨਾ ਜਾਗਰੂਕ ਕਰਨਾ ਮੁੱਖ ਨਿਸ਼ਾਨਾ ਹੈ ਜੇ ਆਜ਼ਾਦੀ ਦਾ ਅੰਦੋਲਨ 'ਚ ਲੋਕ ਹੀ ਨਾ ਜਾਗਰੂਕ ਹੁੰਦੇ ਆਜ਼ਾਦੀ ਕਿੱਥੋਂ ਆ ਜਾਂਦੀ ਜੇ ਤੁਸੀਂ ਪੋਲਸੀਆਂ 'ਚ ਪਰਿਵਰਤਨ ਕਰਨਾ ਚਾਹੁੰਦੇ ਆ ਹੋ ਕੀ ਰਿਹਾ ਆ ਇਹ ਲੀਡਰ ਬੇਸਡ ਪੋਲੀਟਿਕਸ ਕਰਤਾ ਵੀ ਮੋਦੀ ਆਊਗਾ ਤੁਹਾਡੀਆਂ ਕਸ਼ਟ ਦੂਰ ਕਰ ਦੂਗਾ ਫਲਾਣਾ ਆਏਗਾ ਕਸ਼ਟ ਦੂਰ ਕਰ ਦੂਗਾ ਵਿਅਕਤੀਗਤ ਬੇਸ ਨਾਲੋਂ ਨੇਤਾ ਦੇ ਬੇਸ ਨਾਲੋਂ ਨੀਤੀਆਂ ਦਾ ਬੇਸ ਹੋਵੇ ਫਿਰ ਤਬਦੀਲੀ ਆਏਗੀ ਇਸ ਕਰਕੇ ਅਸੀਂ ਪਹਿਲਾਂ ਜਨ ਅੰਦੋਲਨ ਕਰ ਰਹੇ ਹਾਂ ਇਸ ਕਰਕੇ ਔਰ ਉਹ ਤਿੱਖੇ ਹੋਣੇ ਆ ਇਸ ਸਾਲ 'ਚ ਮੋਦੀ ਵੀ ਇਸ ਗੱਲ ਤੋਂ ਘਬਰਾਉਂਦਾ ਆ ਔਰ ਐਜੀਟੇਸ਼ਨਾਂ ਵੱਲੋਂ ਦੋਨੇ ਬੋਲਣਾ ਸ਼ੁਰੂ ਕਰ ਦਿੱਤਾ ਅੱਜ ਦਾ ਉਹਦਾ ਬਿਆਨ ਨਹੀਂ ਹਾਂ ਵੀ ਐਜੀਟੇਸ਼ਨਾਂ ਉਹਨੂੰ ਆ ਡਰ ਲੱਗਣ ਲੱਗ ਪਿਆ ਵੀ ਐਜੀਟੇਸ਼ਨਾਂ ਵਧਣ ਗਈਆਂ ਜਵਾਬ ਕੀ ਦਊਂਗੇ ਮਹਾਰਾਸ਼ਟਰ 'ਚ ਕੀ ਜਵਾਬ ਦੇਵਾਂਗੇ ਧੋਖਾਧੜੀ ਤਾਂ ਰੋਜ਼ ਕਰਦੇ ਆ ਝੂਠ ਤਾਂ ਬੋਲਦੇ ਹੀ ਆ ਐਜੀਟੇਸ਼ਨ 'ਚ ਲੋਕ ਸੁਚੇਤ ਹੁੰਦੇ ਆ ਗਿਆਨਵਾਨ ਹੁੰਦੇ ਆ ਕੁਛ ਛੇਤੀ ਸਮਝ ਜਾਂਦੇ ਕੁਛ ਲੇਟ ਸਮਝਣਗੇ ਪਰ ਜਦੋਂ ਦੇਸ਼ ਦਾ ਮਾਹੌਲ ਪੈਦਾ ਹੋਵੇ ਮੈਂ ਸ਼ੁਰੂ ਗੱਲ ਕੀਤੀ ਸੀ ਵੀ ਜਦੋਂ ਅਸੀਂ ਸਟੂਡੈਂਟ ਸੀਗੇ ਉਸ ਦੌਰ 'ਚੋਂ ਆਏ ਹਾਂ ਜਦੋਂ ਦੇਸ਼ ਅੰਦਰ ਇੱਕ ਵੱਡਾ ਅੰਦੋਲਨ ਹੋਇਆ JP ਵਾਲਾ ਉਸਨੇ ਸੱਤਾ ਪਰਿਵਰਤਨ ਕਰ ਦਿੱਤਾ ਸੀ ਐਮਰਜੈਂਸੀ ਤੋਂ ਬਾਅਦ ਸੱਤਾ ਪਰਿਵਰਤਨ ਕਰਦੇ ਡੈਮੋਕ੍ਰੇਸੀ ਦੇ ਹੱਕ 'ਚ ਲੋਕਾਂ ਨੂੰ ਖੜ੍ਹੇ ਕਰ ਦਿੱਤਾ ਅੱਜ ਇੱਕ ਵਾਰੀ ਫਿਰ ਉਹ ਆ ਜਿਹੜਾ ਦੌਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਆ ਹਿੰਦੁਸਤਾਨ 'ਚ ਡੈਮੋਕ੍ਰੇਸੀ ਨੂੰ ਵੀ ਖਤਰਾ ਔਰ ਉਸ ਤੋਂ ਵੀ ਵੱਡਾ ਖਤਰਾ ਧਰਮ ਨਿਰਪੱਖਤਾ ਨੂੰ ਸੈਕੂਲਰਿਜ਼ਮ ਇਸ ਵੇਲੇ ਮੁੱਖ ਏਜੰਡਾ ਆ ਤੁਸੀਂ ਕਿਸੇ ਨੂੰ ਨਾਲ ਲਓਗੇ ਪਹਿਲਾਂ ਮੈਂ ਉਹੀ ਕਹਿੰਦਾ ਅਸੀਂ ਇਸ ਸਵਾਲ ਦੇ ਉੱਤੇ ਮੈਂ ਉੱਥੇ ਆ ਰਿਹਾ ਇਹ ਸਵਾਲ ਦੇ ਉੱਤੇ ਅਸੀਂ ਸਭ ਨੂੰ ਲੈ ਰਹੇ ਇਹ ਆ ਤੁਹਾਡਾ ਅਪਰੋਚ ਸਟਰਗਲ ਦੀ ਅਪਰੋਚ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਸਟਰਗਲ ਦੀ ਅਪਰੋਚ ਤੋਂ ਫਿਰਕਾ ਪ੍ਰਸਤਾਂ ਨੂੰ ਛੱਡ ਕੇ ਸੈਕੂਲਰਿਜ਼ਮ ਦੇ ਹੱਕ ਦੇ ਵਿੱਚ ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਅਸੀਂ ਉਹਦੇ 'ਤੇ ਜਿਹੜਾ ਕੋਈ ਪਲੇਟਫਾਰਮ ਵੀ ਉਸਾਰਨਾ ਪੈਂਦਾ ਤਾਂ ਉਸਾਰਦੇ ਉਹ ਪਲੇਟਫਾਰਮ ਉਸਰੇਗਾ ਔਰ ਅੱਗੇ ਤੁਰੇਗਾ ਦੂਸਰਾ ਸਵਾਲ ਆ ਇਲੈਕਸ਼ਨ ਟੈਕਟਿਸ ਕੀ ਹੋਵੇ ਇੰਨੀ ਦੇਰ ਪਹਿਲਾਂ ਨਿਰਧਾਰਤ ਨਹੀਂ ਕੀਤੇ ਜਾ ਸਕਦੇ ਇਲੈਕਸ਼ਨ ਟੈਕਟਿਸ ਇੱਕ ਆਪਣਾ ਟੈਕਟਿਸ ਹੁੰਦਾ ਸਟੇਟ ਬਾਈ ਸਟੇਟ ਮੋਡ 'ਚ ਜਾ ਰਿਹਾ ਵੀ ਹੌਲੀ ਹੌਲੀ ਦੇਖੋ ਪਹਿਲੀ ਗੱਲ ਆ ਡੇਂਜਰ ਕੀ ਆ ਡੇਂਜਰ ਬਿਲਕੁਲ ਠੀਕ ਆ ਵੀ ਅੱਜ ਜਮਹੂਰੀਅਤ ਨੂੰ ਖਤਰਾ ਧਰਮ ਨਿਰਪੱਖਤਾ ਨੂੰ ਖਤਰਾ ਔਰ ਆਹ ਜਿਹੜਾ RSS ਦਾ ਫਾਸ਼ੀਵਾਦੀ ਏਜੰਡਾ ਜਿਹੜਾ ਲੁਕਵੇਂ ਤੋਂ ਓਪਨ ਹੁੰਦਾ ਜਾ ਰਿਹਾ ਜਿਹਦੀ ਤ੍ਰਿਪੁਰਾ ਉਦਾਹਰਣ ਜਿਹਦੀ ਦੇਸ਼ ਦੀਆਂ ਹੋਰ ਘਟਨਾਵਾਂ ਉਦਾਹਰਣ ਆ ਕੀ ਖਾਓਗੇ ਕੀ ਪਹਿਨੋਗੇ ਕੌਣ ਗੱਲ ਕਰੇਗਾ ਕੀ ਗੱਲ ਕਰੇਗਾ ਕਿਵੇਂ ਕਰੇਗਾ ਆਹ ਜਿਹੜੇ ਤਾਲਿਬਾਨੀ ਹੁਕਮ ਆ ਇਹ ਜਿਹੜੇ ਆ ਏਜੰਡਾ ਇਸ ਏਜੰਡਾ ਬਹੁਤ ਵੱਡਾ ਆਉਣ ਵਾਲੇ ਦਿਨਾਂ 'ਚ ਖਤਰਾ ਹੈ ਉਹਦੀਆਂ ਦੋ ਬੈਟਲ ਵਾ ਇੱਕ ਧਰਤੀ 'ਤੇ ਬੈਟਲ ਇੱਕ ਪਾਰਲੀਮੈਂਟ ਦੀ ਬੈਟਲ ਇਹਨਾਂ ਦੋਵਾਂ 'ਤੇ ਲੜਿਆ ਜਾਏਗਾ ਪਰ ਅੱਜ ਫੌਰੀ ਤੌਰ 'ਤੇ ਲੋਕਾਂ ਨੂੰ ਰਾਹਤ ਦੇਣ ਲਈ ਲੋਕਾਂ ਦੀ ਲੜਾਈ ਲੜਨੀ ਪਹਿਲੇ ਨੰਬਰ ਦਾ ਸਾਡਾ ਏਜੰਡਾ ਕੋਈ ਫਲੈਕਸੀਬਿਲਟੀ ਜਿਹੜੀ ਮਤਲਬ ਕਿ ਇਹ ਠੀਕ ਹੈ ਕਿਹਾ ਜਾਂਦਾ ਜੀ ਵੀ ਕਾਂਗਰਸ ਟਸ ਤੋਂ ਮਸ ਨਹੀਂ ਹੁੰਦੇ ਨਹੀਂ ਅਸੀਂ ਨਹੀਂ ਸਮਝੌਤਾ ਕਰਦੇ ਜੀ ਅਸੀਂ ਬਾਹਰਲਿਆਂ ਨੂੰ ਨਹੀਂ ਆਉਣ ਦੇਣਾ ਕੰਪਨੀਆਂ ਨੂੰ ਅਸੀਂ FDI ਦਾ ਵਿਰੋਧ ਕਰਦੇ ਰਹੇ ਤੁਸੀਂ ਜਦੋਂ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਸੀਗੀ ਅੱਛਾ ਅੱਜ ਦੇਖੋ ਤੁਸੀਂ BJP ਜਦੋਂ ਮੈਜੋਰਿਟੀ 'ਚ ਆਈ ਉਹਨੇ ਟੋਟਲ ਖੋਲ੍ਹਤੀ FDI ਹੁਣ ਕੀ ਹੋਇਆ ਜੀ ਜੇ ਉਹਨਾਂ ਦੀ ਸਰਕਾਰ ਦੀ ਤੁਸੀਂ ਸਪੋਰਟ ਕਰਦੇ ਰਹਿੰਦੇ ਕਮ ਸੇ ਕਮ ਉਹ ਤੁਹਾਡੇ ਤੋਂ ਡਰਦੇ ਤਾਂ ਸੀਗੇ ਇੱਦਾਂ ਤਾਂ ਨਹੀਂ ਸੀਗੇ ਕਾਂਗਰਸ ਕਿ ਉਹ ਇੱਕਦਮ ਵਧਾ ਦਿੰਦੇ ਸੀ ਪਹਿਲਾਂ ਦੇਖੋ ਗੱਲ ਇਹ ਸਮਝਣ ਵਾਲੀ ਆ ਅੱਜ ਵੀ ਬੇਸਿਕ ਸਵਾਲ ਆ ਲੋਕਾਂ ਦੀ ਆਰਥਿਕ ਹਾਲਤ ਲੋਕ ਪੱਖੀ ਨੀਤੀਆਂ ਨਾਲ ਹੋਣੀ ਮਨਮੋਹਨ ਸਿੰਘ ਹੌਲੀ ਹੌਲੀ ਚੱਲਦਾ ਸੀ ਇਹ ਛੜੱਪੇ ਮਾਰ ਕੇ ਚੱਲਦਾ ਹੌਲੀ ਹੌਲੀ ਬੈਟਰ ਸੀ ਨਾ ਪਹਿਲਾਂ ਮੈਂ ਪੁਆਇੰਟ 'ਤੇ ਆਉਣਾ ਹੈ ਨਾ ਉਹਨਾਂ ਦੇ ਸਾਹਮਣੇ ਸਵਾਲ ਕੀ ਆ ਉਹਨਾਂ ਨੂੰ 10 ਸਾਲ ਉਹਨਾਂ ਨੂੰ ਪਤਾ ਹੀ ਮਨਮੋਹਨ ਸਿੰਘ ਹੀ ਚਾਹੀਦਾ ਉਹਨਾਂ ਨੇ ਕਿਹਾ ਵੀ ਹੁਣ ਸਾਡਾ ਇਹ ਕੰਮ ਨਹੀਂ ਕਰ ਸਕਦਾ ਲੋਕਾਂ 'ਚੋਂ ਆਈਸੋਲੇਟ ਹੋ ਗਿਆ ਉਹਨਾਂ ਨੇ ਮੋਦੀ ਲੈ ਲਿਆ ਸਵੇਰੇ ਮੋਦੀ ਨਾ ਚੱਲੂਗਾ ਕੋਈ ਤੀਜਾ ਲੱਭ ਲੈਣਗੇ ਪਰ ਦੇਸ਼ ਦੀ ਜਨਤਾ ਦੀ ਹਾਲਤ ਨਹੀਂ ਸੁਧਰ ਸਕਦੀ ਵਿਦੇਸ਼ੀ ਪੂੰਜੀ ਦੇ ਐਂਟਰ ਕਰਨ ਨਾਲ ਵੱਡੀ ਪੱਧਰ 'ਤੇ ਬਰਾਬਰ ਇੱਕ ਪੁਆਇੰਟ ਹੈ ਸਮਝਣ ਵਾਲਾ ਤੁਸੀਂ ਦੇਖੋ ਅਸੀਂ ਆਜ਼ਾਦੀ ਬੜੀ ਮਹਿੰਗੇ ਭਾਅ ਦੀ ਲਈ ਆ ਹਿੰਦੁਸਤਾਨ ਦੀ ਆਜ਼ਾਦੀ ਸੰਸਾਰ 'ਚ ਮਹਿੰਗੇ ਭਾਅ ਦੀ ਆਜ਼ਾਦੀ ਆ
ਸਸਤੇ ਭਾਅ ਦੀ ਨਹੀਂ ਉਹ ਬਹੁਤ ਖੂਨ ਦੇਣਾ ਪਿਆ ਬਹੁਤ ਕੁਰਬਾਨੀ ਕਰਨੀ ਪਈ ਆ ਬਿਲਕੁਲ ਅਸੀਂ ਉਸ ਗੱਲ ਨੂੰ ਜੇ ਅੱਖਾਂ ਬੰਦ ਕਰ ਲਾਂਗੇ ਵੀ ਨਵੇਂ ਰੂਪ ਵਿੱਚ ਜਿਹੜਾ ਆ ਦੁਨੀਆ ਦਾ ਫਾਈਨੈਂਸ ਕੈਪੀਟਲ ਆ ਰਿਹਾ ਆ ਜਿਹੜੀਆਂ ਆਵਾਜ਼ਾਂ ਮਾਰ ਰਹੇ ਆ ਇਹ ਉਹਨਾਂ ਲਈ ਰਾਹ ਖੋਲ ਰਹੇ ਆ ਜਿਹਨਾਂ ਨੇ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਅਤੇ ਤਬਾਹ ਕਰ ਦੇਣਾ ਨੌਕਰੀਆਂ ਨਹੀਂ ਤੁਸੀਂ ਕਹਿੰਦੇ ਆ ਬੰਦਾ ਇਲਾਜ ਕਰਾਉਣ ਜਾਂਦਾ ਸਰਕਾਰੀ ਹਸਪਤਾਲ ਖਤਮ ਹੁੰਦੇ ਜਾਂਦੇ ਆ ਦਵਾਈ ਨਹੀਂ ਮਿਲਦੀ ਉਹ ਕਹਿੰਦਾ ਜਿਹਦੀ ਜੇਬ 'ਚ ਪੈਸੇ ਆ ਉਹ ਇਲਾਜ ਕਰਾ ਲਏ ਉਹ ਇੱਦਾਂ ਸਮਝਦਾ ਵੀ ਬੰਦਾ ਹੋਟਲ ਜਾਂਦਾ ਆ ਵੀ ਜੇ ਜੇਬ 'ਚ ਪੈਸੇ ਆ ਤਾਂ ਐਸ਼ ਕਰ ਜਾਵੇ ਹੈਲਥ ਜ਼ਰੂਰੀ ਆ ਇਹ ਵੈਲਫੇਅਰ ਸਟੇਟ ਦਾ ਕੰਸੈਪਟ ਆ ਐਜੂਕੇਸ਼ਨ ਜ਼ਰੂਰੀ ਆ ਯੂਨੀਵਰਸਲ ਐਜੂਕੇਸ਼ਨ ਜ਼ਰੂਰੀ ਆ ਦਰਵਾਜ਼ੇ ਬੰਦ ਕਰਕੇ ਕੋਈ ਮੁਲਕ ਚੱਲ ਨਹੀਂ ਸਕੂਗਾ ਹੁਣ ਜੋ ਗਲੋਬ ਦੀ ਜਿਹੜੀ ਸਿਚੁਏਸ਼ਨ ਆ ਮੈਂ ਇਹ ਨਹੀਂ ਕਹਿ ਸਕਦੇ ਪਹਿਲਾਂ ਉਲਟ ਹੋ ਰਿਹਾ ਉਲਟ ਹੋ ਰਿਹਾ ਜਿਹੜੇ ਚੈਂਪੀਅਨ ਸੀਗੇ ਅਮਰੀਕਾ ਗਲੋਬਲਾਈਜੇਸ਼ਨ ਦੇ ਉਹ ਪਰਸੋਂ ਦੀ ਸਟੇਟਮੈਂਟ ਪੜ੍ਹ ਲਓ ਉਹ ਤਾਂ ਰਿਸਟ੍ਰਿਕਸ਼ਨ ਲਾ ਰਿਹਾ ਉਹਨੇ ਸਟੀਲ 'ਤੇ ਰਿਸਟ੍ਰਿਕਸ਼ਨ ਨਹੀਂ ਲਾਈ ਉਹਨੇ ਕਿਹਾ ਨਹੀਂ ਮੇਰੇ ਸਮਾਨ ਜਿਹੜਾ ਆਏਗਾ ਮੈਂ ਉੱਥੇ ਕਸਟਮ ਡਿਊਟੀ ਵਧਾਵਾਂਗਾ ਉਹ ਕੀ ਕਹਿ ਰਿਹਾ ਮੇਰੇ ਦੇਸ਼ ਦੀ ਇੰਡਸਟਰੀ ਨੂੰ ਖਤਰਾ ਪੈਦਾ ਹੋ ਗਿਆ ਕਿਹਦੇ ਕੋਲ ਖਤਰਾ ਪੈਦਾ ਹੋ ਗਿਆ ਚੀਨ ਤੋਂ ਖਤਰਾ ਪੈਦਾ ਹੋ ਗਿਆ ਉਹਦੀ ਓਵਰ ਪ੍ਰੋਡਕਸ਼ਨ ਹੋ ਗਈ ਆ ਰਿਵਰਸ ਹੋ ਰਿਹਾ ਜਿਹੜੇ ਪਹਿਲਾਂ ਸੁਣੋ ਗਲੋਬਲਾਈਜੇਸ਼ਨ ਦੇ ਪਹਿਲਾਂ ਬੇਸਿਕ ਸਵਾਲ ਸਮਝਣ ਵਾਲਾ ਇਹ ਇਕਨੋਮਿਕ ਦਾ ਬੜਾ ਡੀਪ ਸਵਾਲ ਆ ਇਹ ਅਨਈਵਨ ਹੁੰਦਾ ਤੁਸੀਂ ਕੀ ਕੀਤਾ ਇੰਡਸਟਰੀ 'ਚ ਅੱਗੇ ਵੱਧ ਗਏ ਵੇਜਿਸ ਵੀ ਵਧਾ ਲਈ ਆਪਣੇ ਬੰਦਿਆਂ ਨੂੰ ਵੀ ਥੋੜ੍ਹਾ ਖੁਸ਼ ਕਰ ਲਿਆ ਜਦੋਂ ਤੁਸੀਂ ਦਰਵਾਜ਼ੇ ਖੋਲ੍ਹੇ ਕੰਪੀਟੀਸ਼ਨ 'ਚ ਆ ਗਏ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਗਲੋਬਲਾਈਜੇਸ਼ਨ ਵਨ ਸਾਈਡਡ ਕਰਨਾ ਚਾਹੁੰਦੇ ਆ ਵੀ ਅਸੀਂ ਤਾਂ ਦਰਵਾਜ਼ੇ ਬੰਦ ਕਰਾਂਗੇ ਤੁਹਾਡੇ ਵਾਲੇ ਖੁੱਲ੍ਹੇ ਰੱਖੋ ਵੀ ਉੱਥੇ ਇੱਥੇ ਮੋਟਰਸਾਈਕਲਾਂ ਦੇ ਟੈਕਸ ਘਟਾਓ ਹਾਂ ਵੀ ਇੱਥੇ ਸਾਡੇ ਲਈ ਹੋਰ ਕਾਨੂੰਨ ਉਹਨਾਂ ਲਈ ਜੇ ਗਲੋਬਲਾਈਜੇਸ਼ਨ ਆ ਤਾਂ ਯੂਨੀਵਰਸਲ ਕਾਨੂੰਨ ਕਿਉਂ ਨੇ ਮੇਰਾ ਇੱਕ ਸਵਾਲ ਆ ਅਸੀਂ ਖੁੱਲ੍ਹੇ ਤੌਰ 'ਤੇ ਗੱਲ ਕਰਦੇ ਹਾਂ ਵੀ ਜੇ ਗਲੋਬਲਾਈਜੇਸ਼ਨ ਆ ਫਿਰ ਆ ਵੀਜ਼ਾ ਹੀ ਖਤਮ ਕਰ ਦੇਣ ਜੇ ਨਾ ਪੰਜਾਬ ਵਾਲੇ ਇੱਕ ਨਵਾਂ ਪੰਜਾਬ ਉੱਥੇ ਵਸਾ ਦੇਣ ਜਾ ਕੇ ਜਿਹੜਾ ਮਰਜ਼ੀ ਕਹਿ ਲੈ ਜਾਂ ਹਿੰਦੁਸਤਾਨ ਵਾਲੇ ਜਾਂ ਚੀਨ ਅੱਛਾ ਨਹੀਂ ਇੱਦਾਂ ਇੱਥੇ ਰੋਕਦੇ ਵਸਾਇਆ ਹਨਾ ਮੈਂ ਕਹਿੰਦਾ ਗਰੰਟੀ ਕਰੋ ਵੀ ਅਸੀਂ ਇੱਕ ਮਹੀਨੇ ਲਈ ਵੀਜ਼ਾ ਸਿਸਟਮ ਨਹੀਂ ਆ ਜਿਹੜਾ ਜਾ ਸਕਦਾ ਚੱਲ ਜਾਏ ਲੋਕ ਤੈਰ ਕੇ ਚੱਲ ਜਾਣਗੇ ਗਲੋਬਲਾਈਜੇਸ਼ਨ ਵਨ ਸਾਈਡਡ ਉਹਨਾਂ ਲਈ ਕਾਰਪੋਰੇਟ ਘਰਾਣਿਆਂ ਲਈ ਗਲੋਬਲਾਈਜੇਸ਼ਨ ਆ ਮਲਟੀਨੈਸ਼ਨਲ ਲਈ ਆ ਉਹਨਾਂ ਦੇਸ਼ਾਂ ਦੇ ਲੋਕਾਂ ਲਈ ਆ ਥਰਡ ਵਰਲਡ ਲਈ ਗਲੋਬਲਾਈਜੇਸ਼ਨ ਨਹੀਂ ਆ ਵਨ ਸਾਈਡਡ ਸਾਡੇ ਕੋਲ ਕੀ ਆ ਸਾਡੇ ਰਿਸੋਰਸਿਸ ਲੈਣ ਨੂੰ ਤਾਂ ਇੱਥੇ ਆ ਗਏ ਆ ਸਾਡਾ ਬੈਂਕ ਲੈਣ ਨੂੰ ਆ ਰਿਹਾ ਲਿਬਰਲਾਈਜੇਸ਼ਨ ਦਾ ਹੀ ਪ੍ਰਾਈਵੇਟਾਈਜੇਸ਼ਨ ਦਾ ਹੀ ਪਰ ਸਾਡੇ ਮੁੰਡਿਆਂ ਨੂੰ ਨੌਕਰੀ ਦੇਣ ਲਈ ਉੱਥੇ ਐਂਟਰ ਨਹੀਂ ਕਰਨ ਦਿੰਦੇ ਸਾਨੂੰ ਕਹਿੰਦੇ ਆ ਵੀ ਪੈਸੇ ਲੈ ਕੇ ਆਓ ਦਾਖਲਾ ਲੈ ਲਓ ਪੈਸੇ ਵੀ ਸਾਡੇ ਪੜ੍ਹਾਈ ਵੀ ਕਰਾਉਣੀ ਅਤੇ ਨੌਕਰੀ ਵੀ ਉਹਨਾਂ ਦੀ ਕਰਨੀ ਮਨੀ ਡਰੇਨ ਹੋ ਰਹੀ ਮਨੀ ਡਰੇਨ ਬ੍ਰੇਨ ਡਰੇਨ ਦੋਵੇਂ ਜਿਹੜਾ ਪਹਿਲਾਂ ਹੋ ਰਿਹਾ ਸੀ ਨਹੀਂ ਨਹੀਂ ਬ੍ਰੇਨ ਡਰੇਨ ਤਾਂ ਦੇਖੋ ਬ੍ਰੇਨ ਡਰੇਨ ਤਾਂ ਛੋਟੀ ਚੀਜ਼ ਨਹੀਂ ਨਾ ਇੱਕ ਵਾਸਟ ਆ ਉਹ ਕਹਿੰਦਾ ਬ੍ਰੇਨ ਵੀ ਲੈ ਗਏ ਆ ਪੈਸੇ ਵੀ ਲੈ ਕੇ ਆ ਪੈਸੇ ਵੀ ਲੈ ਗਏ ਹਾਂਜੀ ਬਿਲਕੁਲ ਦੈਟ ਉਹ ਜਿਹੜਾ ਆ ਗਲੋਬਲਾਈਜੇਸ਼ਨ ਉਸ ਗਲੋਬਲਾਈਜੇਸ਼ਨ ਤੋਂ ਉਹ ਆਪ ਉਬਾਮਾ ਖੜੀਆਂ ਕਰ ਰਿਹਾ ਜੀ ਬਿਲਕੁਲ ਮੈਂ ਮਿਸ਼ਰ ਜੀ ਤੁਹਾਡੇ ਕੋਲ ਵਾਪਸ ਆਊਂਗਾ ਇਹ ਜਾਣਾਂਗੇ ਅਸੀਂ ਹੱਲ ਕੀ ਹੈ ਕੀ ਕੋਈ ਹੱਲ ਹੈ ਜਾਂ ਜਿਸ ਕਿਸਮ ਦੇ ਨਾਲ ਜੋ ਇਹ ਸਾਰਾ ਚੱਲ ਪਿਆ ਚਾਹੇ ਉਹ ਬੁੱਤ ਤੋੜਨ ਨੂੰ ਕੋਈ ਇੱਕ ਆਮ ਜੀ ਘਟਨਾ ਦੇ ਤੌਰ ਦੇ ਉੱਤੇ ਲੈ ਰਿਹਾ ਹੋਵੇ ਕਿਉਂਕਿ ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਉੱਥੇ ਕੁਝ ਜਿਹੜੇ ਲੋਕ ਆ ਉਹ ਬੈਠੇ ਆ ਉਹ ਕਹਿੰਦੇ ਜੀ ਹੁਣ ਬੜੀ ਤਕਲੀਫ ਹੋਈ ਲੈਨਿਨ ਦਾ ਜਿਹੜਾ ਜੀ ਉਹ ਬੁੱਤ ਟੁੱਟ ਗਿਆ ਜਿਨ੍ਹਾਂ ਨੂੰ ਤਕਲੀਫ ਹੋਈ ਹੈ ਨਾ ਉਹਨਾਂ ਨੂੰ ਹਰ ਇਹੋ ਜਿਹੀ ਚੀਜ਼ ਦੀ ਤਕਲੀਫ ਜਿਹੜੀ ਉਹ ਪਹਿਲਾਂ ਵੀ ਹੁੰਦੀ ਰਹੀ ਹੈ ਕਿਸੇ ਨਾਲ ਵੀ ਜਿਹੜਾ ਜੀ ਉਹ ਧੱਕਾ ਹੋਵੇ ਜੇ ਤੁਸੀਂ ਇੱਕ ਬਹੁਤ ਸ਼ਾਨਦਾਰ ਕਵਿਤਾ ਹੈ ਕਿ ਜਦੋਂ ਉਹ ਆਏ ਤਾਂ ਉਦੋਂ ਇਸ ਕਰਕੇ ਮਾਰ ਗਏ ਇਸ ਕਰਕੇ ਜਦੋਂ ਮੈਨੂੰ ਮਾਰਨ ਆਏ ਤਾਂ ਕੋਈ ਨਹੀਂ ਬੋਲਿਆ ਕਿਉਂਕਿ ਉਦੋਂ ਕੋਈ ਬਚਿਆ ਹੀ ਨਹੀਂ ਸੀ ਅੱਜ ਨਹੀਂ ਬੋਲੋਗੇ ਤਾਂ ਫਿਰ ਕੱਲ੍ਹ ਨੂੰ ਤੁਹਾਡੇ ਵਾਸਤੇ ਕੋਈ ਨਹੀਂ ਜਿਹੜਾ ਜੀ ਉਹ ਬੋਲੇਗਾ ਇਹਦੇ ਉੱਤੇ ਹੀ ਅਸੀਂ ਵਾਪਸ ਪਰਤ ਰਹੇ ਹਾਂ ਇਸ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਔਰ ਵਿਜੇ ਮਿਸ਼ਰਾ ਜੀ ਗੱਲਬਾਤ ਕਰ ਰਹੇ ਨੇ CPIM ਤੋਂ ਨੇ ਜੋ ਜਿਹੜੀ ਤੁਸੀਂ ਗੱਲ ਕੀਤੀ FDI ਦਾ ਜਿਹੜਾ ਚਰਚਾ ਆਪਾਂ ਕਰ ਰਹੇ ਸੀਗੇ ਹੁਣ ਰੀਟੇਲ ਦੇ ਵਿੱਚ ਵੀ FDI ਜਿਹੜੀ ਜੀ ਉਹ ਆ ਗਈ ਛੋਟੇ ਦੁਕਾਨਦਾਰਾਂ ਨੂੰ ਇਹ ਕਿਹਾ ਜਾਂਦਾ ਜੀ ਖਾ ਜੂਗੀ ਇਹ ਮੱਛੀ ਜਿਹੜੀ ਵੱਡੀ ਆ ਹੁਣ ਮੈਂ ਤਾਂ ਕਈ ਵਾਰੀ ਸਟਾਇਰ ਦੇ ਰੂਪ 'ਚ ਕਹਿੰਦਾ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਰਿਲਾਇੰਸ ਗੋਲ ਗੱਪਾ ਔਰਬਿਟ ਪਾਪੜੀ ਜਿਹੜੀ ਇਹ ਵੀ ਤੁਹਾਨੂੰ ਜਿਹੜੀਆਂ ਜੀ ਮਿਲਣਗੀਆਂ ਮਜ਼ਦੂਰ ਜਿਹੜਾ ਛੋਟਾ ਉਹਦੇ ਵਿੱਚ ਪਿਸਦਾ ਜਿਹੜਾ ਤੁਰਿਆ ਜਾ ਰਿਹਾ ਇੱਕ ਜਿਹੜਾ ਆਮ ਮਾਪੇ ਨੇ ਉਹਦੇ ਕੋਲ ਬੱਚਿਆਂ ਨੂੰ ਪੜ੍ਹਾਉਣ ਜੋਗਾ ਵੀ ਜਿਹੜਾ ਜੀ ਉਹ ਕੁਛ ਨਹੀਂ ਰਿਹਾ ਇਹ ਠੀਕ ਹੈ ਗੱਲ ਜਿਹੜੀ ਦੀ ਆਮ ਚੱਲਦੀ ਹੈ ਕਿ ਜਿਹੜੇ ਖੱਬੇ ਸੱਜੇ ਨੇ ਉਹ ਆਮ ਲੋਕਾਂ ਦੀ ਮੁਸ਼ਕਲ ਸਮਝਦੇ ਨੇ ਉਹਨਾਂ ਨੂੰ ਹੀ ਸਮਝ ਹੈ ਕਿ ਇਹ ਆਮ ਬੰਦੇ ਦੀ ਮੁਸ਼ਕਲ ਕੀ ਹੈ ਪਰ ਇਹਦਾ ਹੱਲ ਜਿਹੜਾ ਜੀ ਉਹ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਦੇਖਦੇ ਹੋ ਮਿਸ਼ਰਾ ਜੀ ਕਿ ਹੱਲ ਨਿਕਲੂਗਾ ਕੁਛ ਆਸਵੰਦ ਹੈ
ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਆਸਬੰਦ ਬਹੁਤ ਆ ਵੀ ਸਮੱਸਿਆ ਦਾ ਸਮਾਧਾਨ ਹੋਣਾ ਅਲਟੀਮੇਟਲੀ ਇਹ ਬਹੁਤੀ ਦੇਰ ਧੋਖਾਧੜੀ ਚੱਲਣੀ ਨੇ ਜੇ ਲੋਕ ਤੇਜ਼ੀ ਨਾਲ ਕਿਸੇ ਵੱਲ ਨੂੰ ਵੱਧਦੇ ਆ ਤਾਂ ਮੁੜਦੇ ਵੀ ਤੇਜ਼ੀ ਨਾਲ ਜੇ ਮੋਦੀ ਵੱਲ ਨੂੰ ਭੱਜ ਕੇ ਗਏ ਹੈ ਨਾ ਤਾਂ ਵਾਪਸ ਵੀ ਹੋ ਰਹੇ ਅੱਜ ਉਹਨੂੰ ਗੁਜਰਾਤ ਸਾਹਮਣਾ ਔਖਾ ਹੋ ਗਿਆ ਡਰਾ ਧਮਕਾ ਕੇ ਜਿੱਤ ਜੁੱਤ 'ਤੇ ਗਏ ਆ ਵਪਾਰੀਆਂ ਨੂੰ ਪਰ ਸਾਹਮਣਾ ਮੁਸ਼ਕਲ ਹੋ ਗਿਆ ਰਾਜਸਥਾਨ ਦੀ ਹਾਲਤ ਮਾੜੀ ਆ ਮੱਧ ਪ੍ਰਦੇਸ਼ ਦੀ ਬਹੁਤੀ ਮਾੜੀ ਆ ਰਾਤ ਆ ਰਿਹਾ ਸੀ ਵੀ ਤੁਸੀਂ 25 ਬੱਚੇ ਇੱਕ ਦਿਨ ਦੇ ਵਿੱਚ ਗੁੰਮ ਹੋ ਰਹੇ ਆ ਮੱਧ ਪ੍ਰਦੇਸ਼ ਦੇ ਵਿੱਚ ਹੋਰ ਬਹੁਤ ਸਾਰੀਆਂ ਜਾਣੀ ਕਿ ਤੁਸੀਂ ਜਦੋਂ ਜਾਓਗੇ ਡਿਟੇਲ ਦੇ ਵਿੱਚ ਉਹ ਪੜਦਾ ਬਣਿਆ ਸੀਗਾ ਜੇ ਲੋਕ ਤੇਜ਼ੀ ਨਾਲ ਜਾਂਦੇ ਆ ਤਾਂ ਤੇਜ਼ੀ ਨਾਲ ਮੁੜਦੇ ਵੀ ਆ ਲੋਕਾਂ 'ਚ ਮੁੜਾ ਪੈ ਰਿਹਾ ਇੱਕ ਗੱਲ ਸਵਾਲ ਹੈ ਦੂਸਰਾ ਸਵਾਲ ਜਿਹੜਾ ਵੱਡਾ ਆ ਵੀ ਅਸੀਂ ਕਿਹੜੀ ਗੱਲ 'ਤੇ ਜ਼ੋਰ ਲਾਉਂਦੇ ਹਾਂ ਵੀ ਅਸੀਂ ਕਹਿੰਦੇ ਹਾਂ ਨਿਤੀਸ਼ ਕੁਮਾਰ ਬਹੁਤ ਵਧੀਆ ਨਿਤੀਸ਼ ਕੁਮਾਰ ਆਪ ਹੀ ਭੱਜ ਗਿਆ ਬੰਦੇ ਦੀ ਗੱਲ ਨਹੀਂ ਹੈਗੀ ਜਿਹੜਾ ਨੀਤੀਆਂ 'ਤੇ ਖੜਦੇ ਆ ਉਹ ਨੀਤੀਆਂ 'ਤੇ ਖੜੋ ਬੰਦੇ 'ਤੇ ਨਾ ਖੜੋ ਬੰਦੇ ਦਾ ਇੰਡੀਵਿਜੁਅਲੀ ਡਾਵਾਂਡੋਲ ਹੋ ਜਾਂਦਾ ਡਰ ਜਾਂਦਾ ਘਬਰਾ ਜਾਂਦਾ ਬਦਲ ਜਾਂਦਾ ਆਪਾਂ ਨੀਤੀ ਵਾਈਜ਼ ਕਰੀਏ ਗੱਲ ਨੀਤੀਆਂ ਦੇ ਆਧਾਰ ਦੇ ਉੱਤੇ ਦੇਸ਼ ਵਿੱਚ ਤਬਦੀਲੀ ਹੋਣੀ ਆ ਤਾਂ ਨੀਤੀਆਂ ਦੇ ਆਧਾਰ 'ਤੇ ਗੱਠਜੋੜ ਹੋਣਾ ਅਤੇ ਨੀਤੀਆਂ ਦਾ ਆਧਾਰ ਇੱਕ ਹੋਣਾ ਚਾਹੀਦਾ ਨਾ ਕਿ ਬੰਦਿਆਂ ਦਾ ਆਧਾਰ ਇੱਥੇ ਕੀ ਆ ਹਿੱਤੇ ਜਿਹੜਾ ਫਿਊਡਲਿਜ਼ਮ ਦਾ ਯੋਗਾ ਪੁਰਾਣਾ ਵੀ ਫਲਾਨਾ ਬੰਦਾ ਬਹੁਤ ਵਧੀਆ ਠੀਕ ਆ ਬੰਦਾ ਵਧੀਆ ਵੀ ਹੁੰਦੇ ਮਾੜੇ ਵੀ ਹੁੰਦੇ ਚੰਗੇ ਵੀ ਹੁੰਦੇ ਆ ਉਹ ਜਿੱਥੇ ਜਾਏਗਾ ਜੀ ਖੂਹ 'ਚ ਡਿੱਗੇਗਾ ਅਸੀਂ ਨਾਲ ਖੂਹ 'ਚ ਡਿੱਗਾਂ ਅਸੀਂ ਉਹ ਸਾਡੇ ਲਈ ਨਹੀਂ ਚੱਲ ਸਕਦੇ ਅਸੀਂ ਤਾਂ ਜਿਹੜੀਆਂ ਪੋਲਸੀਆਂ ਆ ਪੋਲਸੀਆਂ ਬੇਸਿਕ ਕੀ ਆ ਚਾਹੀਦੀਆਂ ਤਿੰਨ ਚਾਰ ਇਸ਼ੂ ਆ ਪਹਿਲਾ ਇਸ਼ੂ ਆ ਕਿ ਦੇਸ਼ ਦੀ ਏਕਤਾ ਅਖੰਡਤਾ ਬਚੇਗੀ ਕਿ ਇਹਦਾ ਜਿਹੜਾ ਕੰਸਟੀਟਿਊਸ਼ਨਲ ਢਾਂਚਾ ਇਸ ਵੇਲੇ ਆ ਡੈਮੋਕਰੇਟਿਕ ਢਾਂਚਾ ਇਹ ਬਚੇਗਾ ਕਿ ਇਹ ਰਿਪਬਲਿਕ ਰਹੇਗਾ ਇਹ ਸਵਾਲ ਬੜਾ ਬੁਨਿਆਦੀ ਸਵਾਲ ਬਣ ਗਿਆ ਨੰਬਰ 2 ਤੁਸੀਂ ਕਹਿੰਦੇ ਆ ਵੀ ਸਾਨੂੰ ਪੈਸੇ ਚਾਹੀਦੇ ਆ ਤੁਸੀਂ ਇੰਡਸਟਰੀ ਲਾਉਣੀ ਆ ਅਸੀਂ ਕਹਿੰਦੇ ਹਾਂ ਤੁਸੀਂ ਇੰਡਸਟਰੀ ਲਾ ਲਓ ਪੈਸੇ ਲੈ ਲਓ ਪਰ ਇਹ ਤਾਂ ਦੱਸੋ ਵੀ ਬੰਦਿਆਂ ਨੂੰ ਕਿੰਨੀ ਨੌਕਰੀ ਦਊਗੀ ਮੈਂ ਟਾਈਮ ਹੌਲੀ ਹੌਲੀ ਜਿਹੜਾ ਜੀ ਉਹ ਘੱਟਦਾ ਜਾ ਰਿਹਾ ਮੈਂ ਬਹੁਤ ਕੁਝ ਤੁਹਾਡੇ ਤੋਂ ਜਾਣਨਾ ਚਾਹੁੰਦਾ ਇੱਕ ਸ਼ਾਰਟ ਦੇ ਵਿੱਚ ਤੁਸੀਂ ਦੱਸਣਾ ਰੀਜਨਲ ਪੋਲਿਟਿਕਸ ਜਿਹੜੀ ਹੈ ਜੀ ਉਹਦਾ ਕੇਂਦਰ ਦੇ ਵਿੱਚ ਆਪਾਂ ਰੋਲ ਦੇ ਕਮਲ ਹਸਨ ਦਾ ਸਿਆਸਤ 'ਚ ਆ ਜਾਣਾ ਰਜਨੀਕਾਂਤ ਦਾ ਸਿਆਸਤ 'ਚ ਆ ਜਾਣਾ ਆਮ ਆਦਮੀ ਪਾਰਟੀ ਦਿੱਲੀ ਜਿਹੜੀ ਹੈ ਜੀ ਉਹ ਬੈਠੀ ਆ ਨਿਤਿਸ਼ ਕੁਮਾਰ ਦਾ ਤੁਸੀਂ ਜ਼ਿਕਰ ਜਿਹੜਾ ਜੀ ਉਹ ਕੀਤਾ ਰੀਜਨਲ ਪਾਰਟੀਜ਼ ਹੋਰ ਜਿਹੜੀਆਂ ਜੀ ਆਉਣੀਆਂ ਕੀ ਇਹ ਫਾਇਦੇਮੰਦ ਹੋਣਗੀਆਂ ਮੁਲਕ ਲਈ ਦੇਖੋ ਪਹਿਲੀ ਗੱਲ ਆ ਕੋਈ ਪਾਰਟੀ ਵੀ ਫਾਇਦੇਮੰਦ ਤਾਂ ਹੋਏਗੀ ਜੇ ਓਰੀਜਨਲ ਸੈਂਟੀਮੈਂਟ ਨੂੰ ਸਿਰਫ ਵੋਟਾਂ ਲਈ ਨਾ ਵਰਤੇ ਉਸ ਦੀ ਡਿਵੈਲਪਮੈਂਟ ਲਈ ਕੰਮ ਕਰੇ ਰੀਜਨਲ ਪਾਰਟੀ ਬਾਰੇ ਸਾਡੀ ਸਮਝ ਕੀ ਆ ਜਿਹੜੀਆਂ ਪਹਿਲੀਆਂ ਰੀਜਨਲ ਪਾਰਟੀਆਂ ਸੀ ਜਿੱਥੋਂ ਇਹਨਾਂ ਦਾ ਜਨਮ ਹੋਇਆ ਇਹ ਜਿਹੜੀਆਂ ਕਿਉਂਕਿ ਹਿੰਦੁਸਤਾਨ ਜਿਹੜਾ ਆ ਜਿਹਨੂੰ ਕਹਿੰਦੇ ਬਹੁ ਕੌਮੀ ਦੇਸ਼ ਆ ਨੈਸ਼ਨੈਲਿਟੀ ਕੁਐਸਚਨ ਬਹੁਤ ਵੱਡਾ ਆ ਵੱਖ ਵੱਖ ਆਪਾਂ ਹਿੰਦੁਸਤਾਨੀ ਵੀ ਹਾਂ ਆਪਾਂ ਪੰਜਾਬੀ ਵੀ ਹਾਂ ਇੱਕ ਬੰਦਾ ਕਹਿੰਦਾ ਮੈਂ ਹਿੰਦੁਸਤਾਨੀ ਹਾਂ ਮੈਂ ਬੰਗਾਲੀ ਹਾਂ ਮੈਂ ਮਰਾਠਾ ਹਾਂ ਇਹ ਜਿਹੜਾ ਨੈਸ਼ਨੈਲਿਟੀ ਇਸ਼ੂ ਆ ਉਹਦੀ ਡਿਵੈਲਪਮੈਂਟ ਹੋਣੀ ਆ ਰੀਜਨਲ ਪਾਰਟੀ ਜੇ ਉਹਨੂੰ ਰੀਪ੍ਰਜੈਂਟ ਕਰਦੀ ਆ ਇੱਕ ਮੈਂ ਤੁਹਾਡੇ ਤੋਂ ਹੋਰ ਜਾਣਨੀ ਤੁਹਾਡੇ ਤਜਰਬੇ ਤੋਂ ਤੇ ਬਹੁਤ ਥੋੜਾ ਟਾਈਮ ਜਿਹੜਾ ਜੀ ਉਹ ਰਹਿ ਗਿਆ ਕਨਈਆ ਕੁਮਾਰ ਜਿਹੜਾ ਦੀ ਉਹ ਬੜਾ ਉੱਭਰ ਕੇ ਸਾਹਮਣੇ ਆ ਰਿਹਾ ਉਹਦੇ ਕੋਲ ਗੱਲ ਕਰਨ ਦੇ ਬੜੇ ਤਰਕ ਨੇ ਤੁਸੀਂ ਸਮਝਦੇ ਹੋ ਕਿ ਨਵੀਂ ਲੀਡਰਸ਼ਿਪ ਦਾ ਜਿਹੜਾ ਜੀ ਉਹ ਉਭਾਰ ਹੋਊਗਾ ਜਾਂ ਕਨਈਆ ਕੁਮਾਰ ਵਰਗੇ ਜਿਹੜੇ ਨਵੀਂ ਜਨਰੇਸ਼ਨ ਜਿਹੜੀ ਹੈ ਜੀ ਉਹ ਮੂਹਰੇ ਆਊਗੀ ਦੇਖੋ ਬੇਸਿਕਲੀ ਪਹਿਲੀ ਸਮਝੋ ਬਈ ਨਵੀਂ ਨੇ ਆਉਣਾ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਉਹਦੇ ਉਹਨਾਂ ਦੇ ਗੁਣ ਆ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਤੁਸੀਂ ਕੀ ਕਰਨਾ ਹੈ ਤੁਸੀਂ ਫੈਸਿਲੀਟੇਟਰ ਬਣਨਾ ਆ ਕਿ ਰੁਕਾਵਟ ਵਾਲੇ ਬਣਨਾ ਹੈ ਜਿਹੜਾ ਰੋਲ ਵਾ ਲੀਡਰਸ਼ਿਪ ਦਾ ਉਹ ਫੈਸਿਲੀਟੇਟਰ ਦਾ ਹੋਣਾ ਚਾਹੀਦਾ ਵੀ ਜਿਹੜੀ ਨਵੇਂ ਉੱਭਰ ਰਹੀ ਜਨਤਾ ਥਾਪੜਾ ਦਿੱਤਾ ਜਾਵੇ CPM ਦਾ ਜਿਹੜਾ ਆ ਇਤਿਹਾਸ ਬਹੁਤ ਸ਼ਾਨਦਾਰ ਆ ਸਾਡੇ ਪੁਰਾਣੇ ਲੀਡਰ ਜਿਹੜੇ ਸੀ ਸੁਰਜੀਤ ਹੋਣੀ ਜੋਤੀ ਬਾਸੂ ਨਬੂਦਰੀ ਪਾ ਜਾਂ ਦੂਸਰੇ ਉਹਨਾਂ ਨੇ ਆਹ ਜਿਹੜੀ ਅੱਜ ਲੀਡਰਸ਼ਿਪ ਬਣੀ ਆ ਸੀਤਾਰਾਮ ਜੇਚਰੀ ਹੋਣਾਂ ਦੀ ਪ੍ਰਕਾਸ਼ ਕਰਤ ਹੋਣਾਂ ਦੀ ਦੂਜੇ ਇਹਨਾਂ ਨੂੰ ਥਾਪੜਾ ਦਿੱਤਾ ਸੀ ਸਾਡੇ ਸਾਹਮਣੇ ਥਾਪੜਾ ਦਿੱਤਾ ਅਤੇ ਨਵੇਂ ਉਸ ਦੇ ਵਿੱਚ ਉਸ ਵੇਲੇ ਉਹ ਸਮਝੇ ਇਹ ਲੋੜ ਵਾ
ਤੇ ਲੋੜ ਹੈ ਇਸ ਵੇਲੇ ਲੋੜ ਹੈ ਨਵੀਂ ਜਿਹੜੀ ਉਹ ਲੀਡਰਸ਼ਿਪ ਦੀ। ਮਿਸ਼ਰਾ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਬਹੁਤ ਬੇਸ਼ਕੀਮਤੀ ਜਿਹੜੀਆਂ ਕਿਉਂਕਿ ਨੈਸ਼ਨਲ ਪੋਲੀਟਿਕਸ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਜਿਹੜੀ ਉਹ ਕਰਨੀ ਚਾਹੁੰਦਾ ਸੀ, ਹਾਲਾਂਕਿ ਪੰਜਾਬ ਦੇ ਬਾਰੇ ਤੁਸੀਂ ਬਹੁਤ ਕੁਝ ਜਾਣਦੇ ਹੋ, ਕਿਸੇ ਟਾਈਮ ਫਿਰ ਤੁਹਾਨੂੰ ਸੱਦ ਕੇ ਆਪਾਂ ਪੰਜਾਬ ਦੀ ਰਾਜਨੀਤੀ ਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ। ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਧੰਨਵਾਦ। ਵਿਜੇ ਮਿਸ਼ਰਾ ਜੀ ਇਹ ਸੰਦੀ ਔਰ CPIM ਦੇ ਨੇ ਉਹ, ਔਰ ਜਿਹੜੀ ਨੈਸ਼ਨਲ ਇਹਨਾਂ ਦੀ ਬਾਡੀ ਹੈ ਉਹਦੇ ਵਿੱਚ ਉਹ ਅਹਿਮ ਮੈਂਬਰ ਨੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀ ਨੈਸ਼ਨਲ ਜਿਹੜੀ ਸਿਆਸਤ ਹੈ ਸਾਡੀ ਮੁਲਕ ਦੀ ਜਿਹੜੀ ਸਿਆਸਤ ਹੈ ਉਹਦਾ ਚਰਚਾ ਜਿਹੜਾ ਜੀ ਹੋਊਗਾ, ਕਿਉਂਕਿ ਇਸ ਵੇਲੇ ਸਿਆਸਤ ਉਸ ਜਗ੍ਹਾ ਦੇ ਉੱਤੇ ਹੈ ਜਿੱਥੇ ਕਿ ਬੜਾ ਕੁਛ ਨਵਾਂ ਉਹਦੇ ਵਿੱਚੋਂ ਜਿਹੜਾ ਜੀ ਉਹ ਨਿਕਲ ਸਕਦਾ। ਖਾਸ ਤੌਰ ਦੇ ਉੱਤੇ ਜਿੱਥੇ ਮੈਂ ਐਂਡ ਉਹਨਾਂ ਤੋਂ ਜਿਹੜਾ ਕਰਾਉਣਾ ਚਾਹੁੰਦਾ ਸੀ ਕਿ ਨਵੀਂ ਜਨਰੇਸ਼ਨ, ਕਿਉਂਕਿ ਜਿਹੜੀ ਇੱਕ ਜਦੋਂ ਲੀਡਰਸ਼ਿਪ ਬੁੱਢੀ ਹੋ ਜਾਂਦੀ ਹੈ ਫਿਰ ਜਿਹੜੀ ਨਵੀਂ ਜਨਰੇਸ਼ਨ ਆ ਜੀ ਉਹ ਅਪ ਟੇਕ ਓਵਰ ਜਿਹੜਾ ਜੀ ਕਰਦੀ ਹੈ, ਵੀ ਕੀ ਸੰਭਾਵਨਾ ਕਿਤੇ ਨਜ਼ਰ ਆਉਂਦੀ ਹੈ ਜਾਂ ਨਹੀਂ, ਟਾਵਾਂ ਟਾਵਾਂ ਕਿਤੇ ਕਿਤੇ ਜਿਹੜਾ ਜੀ ਉਹ ਲੀਡਰ ਜਿਹੜਾ ਉਹ ਦਿਸਦਾ। ਇਹਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਜਿਹੜਾ ਸਮਾਪਤੀ ਵੱਲ ਨੂੰ ਹੈ ਜੀ। ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਵਾਰੀ ਹੋਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਹੋਊਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਧੰਨਵਾਦ।